ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕੈਨੇਡਾ ਦੀ ਕਰਨ ਲੱਗੇ ਹਾਂ। ਹਮੇਸ਼ਾ ਹੀ ਸਾਡੇ ਸ਼ੋਅ ਦੇ ਜ਼ਰੀਏ ਵੀ, ਔਰ ਵੈਸੇ ਵੀ ਤੁਸੀਂ ਸੁਣਿਆ ਕਿ ਰੂਲ ਚੇਂਜ ਹੋਏ ਆ ਜਿਸ ਦੇ ਨਾਲ ਜੀ ਆਈ ਸੀ ਤੁਹਾਡੀ ਡਬਲ ਹੋ ਸਕਦੀ ਹੈ 2024 ਜਨਵਰੀ ਦੇ ਵਿੱਚ। ਪਰ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ, ਅਸੀਂ ਲਗਾਤਾਰ ਡਿਸਕਸ ਕਰਦੇ ਆ ਰਹੇ ਹਾਂ। ਸਾਡੇ ਨਾਲ ਨੇ ਓਮ ਗਲੋਬਲ ਤੋਂ ਰਿੱਕੀ ਸੰਧੂ ਜੀ, ਇਸ 'ਤੇ ਜਿਹੜੀ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਲਵਿੰਦਰ ਭਾਜੀ, ਵਿਊਵਰਸ ਦਾ, ਸਾਰਿਆਂ ਦਾ ਦੇਖ ਰਹੇ ਅਤੇ ਚੈਨਲ ਦਾ, ਸਭ ਤੋਂ ਪਹਿਲੇ ਮੈਂ ਤਾਂ ਥੈਂਕ ਕਰਾਂਗਾ ਅਤੇ ਤੁਹਾਡਾ ਬਹੁਤ ਬਹੁਤ ਥੈਂਕ ਕਰਾਂਗਾ ਕਿ ਤੁਸੀਂ ਇਨਵਾਈਟ ਕੀਤਾ ਸਟੂਡੈਂਟ ਤੱਕ ਰਾਈਟ ਇਨਫੋਰਮੇਸ਼ਨ ਦੇਣ ਵਾਸਤੇ। ਅਤੇ ਦੇਖ ਰਹੇ ਸਾਰੇ ਵਿਊਵਰਸ ਨੂੰ ਮੇਰੇ ਅਤੇ ਟੀਮ ਓਮ ਗਲੋਬਲ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ, ਜਿਵੇਂ ਸਰ ਆਪਾਂ ਪਿਛਲੇ ਸ਼ੋਅ ਦੇ ਵਿੱਚ ਗੱਲ ਕੀਤੀ ਸੀਗੀ, ਜੀ ਆਈ ਸੀ ਹੈ ਜਿਹੜੀ 2024 ਦੇ ਵਿੱਚ ਡਬਲ ਹੋ ਜਾਣੀ ਹੈ। ਤਕਰੀਬਨ 15 ਤੋਂ 20 ਦਿਨ ਜਿਹੜੇ ਅੱਜ ਆਪਾਂ ਕਹਿ ਸਕਦੇ ਹਾਂ ਸਟੂਡੈਂਟ ਕੋਲ ਹੈਗੇ ਹੈ ਜੀ ਆਈ ਸੀ, ਜੇ ਉਹ ਬਚਾ ਸਕਦੇ ਹੈ, ਕਿੰਨਾ ਕੁ ਪੋਸੀਬਲ ਹੈਗੀ ਹੈ ਇਹ ਗੱਲ ਵੀ ਉਹਨਾਂ ਦੀ ਜੀ ਆਈ ਸੀ 15-20 ਦਿਨਾਂ ਦੇ ਵਿੱਚ ਬਚ ਸਕਦੀ ਹੈ? ਜਿਹੜੇ ਸਟੂਡੈਂਟ ਕੋਲ ਆਈਲੈਟਸ ਕੀਤੀ ਹੋਈ ਹੈ, ਪੀਟੀ ਉਹਨਾਂ ਦੀ ਰੈਡੀ ਹੈ, ਕਿਹੜੇ ਕਿਹੜੇ ਸਟੂਡੈਂਟ ਬਚਾ ਸਕਦੇ ਆ? ਇੱਕ ਆਵਤ ਬੜੀ ਸੋਹਣੀ ਹੈ, ਕਹਿੰਦੇ ਨਾ ਕਿ ਇੰਪੋਸੀਬਲ ਇਜ਼ ਨਥਿੰਗ। ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਹੋ ਨਹੀਂ ਸਕਦੀ, ਬਸ ਥੋੜ੍ਹਾ ਜਿਹਾ ਇੱਕ ਸਮਾਂ ਜਿਹੜਾ ਗਹਿਣਾ ਮੰਨਿਆ ਜਾਂਦਾ ਅਤੇ ਥੋੜ੍ਹਾ ਜਿਹਾ ਟਾਈਮ ਮੈਨੇਜਮੈਂਟ ਜਿਹੜੀ ਤੁਹਾਨੂੰ ਐਡਜਸਟਮੈਂਟ ਕਰਨੀ ਪੈਂਦੀ ਹੈ। ਸੋ ਬਹੁਤ ਸਾਰੇ ਸਟੂਡੈਂਟ ਦੇ ਸਵਾਲ ਹੈ ਲਗਾਤਾਰ, ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਹੈ, ਸਾਡੇ ਕਾਲ ਸੈਂਟਰ ਦੇ ਵਿੱਚ ਵੀ ਕਾਲਸ ਆ ਰਹੀਆਂ, ਬੱਚੇ ਪੁੱਛ ਰਹੇ ਨੇ, ਸਟੂਡੈਂਟ ਵਰੀ ਹੈ, ਉਹਦੇ ਪੇਰੈਂਟਸ ਵੀ ਵਰੀਡ ਹੈ ਕਿ ਜੀ ਆਈ ਸੀ ਜਿਹੜੀ $10,200 ਜਾਂਦੀ ਸੀਗੀ, ਅੱਜ ਨਵੇਂ ਰੂਲ ਦੇ ਤਹਿਤ 1 ਜਨਵਰੀ ਤੋਂ ਜਿਹੜੀ ਇੰਪਲੀਮੈਂਟ ਹੋਣ ਜਾ ਰਿਹਾ 20,635, ਆਲਮੋਸਟ ਡਬਲ ਤੋਂ ਵੀ ਵੱਧ ਜੀ ਆਈ ਸੀ ਹੋਣ ਜਾ ਰਹੀ ਹੈ। ਸੋ ਲਿਮਿਟਡ ਜਿਹਾ ਟਾਈਮ ਹੈਗਾ ਸਾਰੇ ਸਟੂਡੈਂਟਸ ਵਾਸਤੇ, ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ, $10,200 ਜੀ ਆਈ ਸੀ ਪੇ ਕਰਕੇ ਜਾਣਾ ਚਾਹੁੰਦੇ ਹੋ, ਤਾਂ ਬਹੁਤ ਘੱਟ ਸਮਾਂ ਹੈ ਤੁਹਾਡੇ ਕੋਲ। ਈਵਨ ਸਾਨੂੰ ਕਾਲ ਨਾ ਕਰੋ, ਸਿੱਧਾ ਹੀ ਸਾਡੇ ਦਫ਼ਤਰਾਂ ਦੇ ਵਿੱਚ ਤੁਸੀਂ ਆ ਕੇ ਮਿਲ ਸਕਦੇ ਹੋ, ਜੋ ਕਿ ਓਮ ਗਲੋਬਲ ਨੇ ਇਨੀਸ਼ੀਏਟ ਲਿਆ। ਜਦੋਂ ਵੀ ਰੂਲ ਚੇਂਜ ਹੁੰਦੇ ਆ ਜਾਂ ਕਦੀ ਵੀ ਪ੍ਰੋਬਲਮ ਆਉਂਦੀ ਹੈ ਜਾਂ ਇਮੀਗ੍ਰੇਸ਼ਨ ਹਿਸਟਰੀ ਦੇ ਵਿੱਚ ਕਦੀ ਵੀ ਚੇਂਜਸ ਆਏ ਆ, ਸਭ ਤੋਂ ਅੱਗੇ ਹੋ ਕੇ ਓਮ ਗਲੋਬਲ ਨੇ ਸਟੂਡੈਂਟਸ ਦੀ ਬਾਂਹ ਫੜੀ ਹੈ ਅਤੇ ਅੱਗੇ ਵੀ ਅਸੀਂ ਫੜਦੇ ਆਵਾਂਗੇ। ਅੱਜ ਦੀ ਅਗਰ ਆਪਾਂ ਗੱਲ ਕਰਦੇ ਹਾਂ, ਜਿਹੜੇ ਵੀ ਸਟੂਡੈਂਟ ਵਿਲਿੰਗ ਹੈ, ਬਹੁਤ ਜ਼ਿਆਦਾ ਬਜਟ ਨਹੀਂ ਹੈਗਾ, ਜਾਂ ਜਿਹੜਾ ਵੀ ਸਟੂਡੈਂਟ 6.5 ਤੋਂ 7 ਲੱਖ ਰੁਪਏ ਬਚਾਉਣਾ ਚਾਹੁੰਦਾ, ਕੈਨੇਡਾ ਜਾਣਾ ਚਾਹੁੰਦਾ, ਸਿਰਫ $10,200 ਜੀ ਆਈ ਸੀ ਪੇ ਕਰਕੇ ਉਹ ਸਾਡੀ ਟੀਮ ਨੂੰ ਆ ਕੇ ਮਿਲ ਸਕਦਾ। ਓਮ ਗਲੋਬਲ ਇਸ ਟਾਈਮ ਖਾਸ ਤੌਰ ਦੇ ਉੱਤੇ ਸਟੂਡੈਂਟ ਦੇ ਲਈ ਫਾਸਟ ਟਰੈਕ ਪ੍ਰੋਗਰਾਮ ਲੈ ਕੇ ਆਈ ਹੈ, ਜਿਹਦੇ ਵਿੱਚ 48 ਘੰਟੇ 2 ਦਿਨ ਦੇ ਵਿੱਚ ਬੱਚੇ ਦੀ ਫਾਈਲ ਨੂੰ ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਪਹੁੰਚਾਵਾਂਗੇ, ਸੋ ਦੈਟ ਕਿ ਜਨਵਰੀ ਤੱਕ ਬੱਚਾ ਆਪਦਾ ਵੀਜ਼ਾ ਹਾਸਲ ਕਰ ਸਕੇ। ਬਿਲਕੁਲ, ਵੱਡੀ ਆਫਰ ਔਰ ਵੱਡੀ ਗੱਲ ਸਰ ਨੇ ਕੀਤੀ ਹੈ ਕਿ ਜੇਕਰ ਤੁਸੀਂ ਜੀ ਆਈ ਸੀ ਦਾ ਜਿਹੜਾ ਵਧੇ ਹੋਏ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਇਮੀਡੀਏਟ ਤੁਸੀਂ ਕਾਲ ਕਰੋ, ਓਮ ਗਲੋਬਲ ਦੇ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਪਹੁੰਚੋ, ਪੂਰੀ ਜਾਣਕਾਰੀ ਲੈ ਕੇ ਜਿਹੜੀ ਆਪਣੀ ਪ੍ਰੋਫਾਈਲ ਪ੍ਰੋਸੈਸ ਕਰਾਓ ਇਸੇ 2023 December 31 ਤੋਂ ਪਹਿਲਾਂ, ਤਾਂ ਜੋ ਤੁਸੀਂ ਆਪਣਾ ਜੀ ਆਈ ਸੀ ਦੇ ਵਧੇ ਹੋਏ ਪੈਸੇ ਜਿਹੜੇ $10,300 ਹੈ ਉਹ ਆਪਣਾ ਬਚਾ ਸਕੋ। ਅਤੇ ਭਾਅ ਜੀ, ਨਾਲ ਦੀ ਨਾਲ ਮੇਰਾ ਇੱਕ ਹੋਰ ਸਵਾਲ ਹੈ, ਆਪਾਂ ਜ਼ਿਆਦਾਤਰ ਦੇਖਦੇ ਹਾਂ ਵੀ ਹੁਣ ਤੋਂ 2 ਮਹੀਨੇ ਪਹਿਲਾਂ ਬਹੁਤੇ ਕਈ ਕੰਸਲਟੈਂਟ ਸਤੰਬਰ ਜਾਂ ਮਈ ਇਨਟੇਕ ਦੀ ਗੱਲ ਕਰਨ ਲੱਗ ਗਏ ਸੀਗੇ ਵੀ ਜਿਹੜਾ ਰਸ਼ ਬਹੁਤ ਜ਼ਿਆਦਾ, ਜਨਵਰੀ ਇਨਟੇਕ ਬੰਦ ਹੋ ਚੁੱਕਾ ਹੈ, ਸਤੰਬਰ ਇਨਟੇਕ ਓਪਨ ਹੈ, ਮਈ ਇਨਟੇਕ ਓਪਨ ਹੈ, ਤੁਸੀਂ ਉੱਥੇ ਕੋਰਸ ਲਓ, ਸਿਲੈਕਸ਼ਨ ਜੇ ਤੁਸੀਂ ਕਾਲਜ ਜਾਂ ਕੋਰਸ ਦੀ ਕਰਨੀ ਹੈ ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਹੁਣੇ ਤੋਂ ਲਓ। ਪਰ ਹੁਣ ਤਾਂ ਜਿਵੇਂ ਬਹੁਤ ਘੱਟ ਦੇ ਨੇ, ਪਰ ਓਮ ਗਲੋਬਲ ਫਿਰ ਵੀ ਕਹਿ ਰਿਹਾ ਵੀ ਜਨਵਰੀ ਟੇਕ ਹਜੇ ਵੀ ਅਸੀਂ ਦੇ ਸਕਦੇ ਹਾਂ, ਕਿੱਦਾਂ ਹੋ ਸਕਦਾ ਪੋਸੀਬਲ? ਦੇਖੋ ਸਰ, ਕਾਲਜਸ ਦੇ ਉੱਤੇ ਵੈਰਾਇਟੀ ਹੈਗੀ ਹੈ, ਸਾਡੇ ਕੋਲ ਬਹੁਤ ਸਾਰੇ ਏਜੰਟ ਜਾਂ ਕੰਸਲਟੈਂਟ ਹੈ, ਮੈਂ ਕਿਸੇ ਦੇ ਕਾਰੋਬਾਰ ਕਿਤੇ ਦੇ ਉੱਤੇ ਨਹੀਂ ਜਾਵਾਂਗਾ। ਸੋ ਜਿਹਦੇ ਕੋਲ ਜਿੰਨੀਆਂ ਕੁ ਲਿਮਿਟਡ ਜੀਆਂ ਆਪਸ਼ਨਸ ਆ ਉਸ ਚੀਜ਼ ਨੂੰ ਪ੍ਰੋਵਾਈਡ ਕਰਦਾ। ਤੁਸੀਂ ਕਹਿੰਦੇ ਹੋ ਕਿ 2 ਮਹੀਨੇ ਪਹਿਲੇ ਲੋਕਾਂ ਨੇ ਸਪਟੰਬਰ ਇਨਟੇਕ ਪ੍ਰਮੋਟ ਕਰਨਾ ਸਟਾਰਟ ਕਰ ਦਿੱਤਾ ਸੀਗਾ, ਸਟਿਲ ਵੀ ਹੈਵ ਗੁੱਡ ਆਪਸ਼ਨਸ, ਸਾਡੇ ਕੋਲ ਓਨਟੈਰੀਓ ਦੇ ਵਿੱਚ ਆਪਸ਼ਨਸ ਆ, ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ 'ਚ ਆਪਸ਼ਨਸ ਆ, ਸਾਡੇ ਕੋਲ ਅਲਬਰਟਾ ਦੇ ਵਿੱਚ ਆਪਸ਼ਨਸ ਆ। ਅੱਜ 20 ਜਨਵਰੀ ਇਨਟੇਕ ਦੀ ਸੀਟਸ ਓਪਨ ਨੇ, ਅੱਜ ਵੀ ਮੇਨ ਇਨਟੇਕ ਦੀ ਆਪਸ਼ਨਸ ਹੈਗੀਆਂ ਨੇ ਸਾਡੇ ਕੋਲ, ਸਪਟੰਬਰ ਤੱਕ ਅਸੀਂ ਜਾਂਦੇ ਨਹੀਂ। ਸੋ ਜਿਹੜਾ ਵੀ ਬੱਚਾ ਕੈਨੇਡਾ ਜਾਣਾ ਚਾਹੁੰਦਾ, ਬਹੁਤ ਲਿਮਿਟਡ ਜਿਹਾ ਟਾਈਮ ਹੈ ਤੁਹਾਡੇ ਕੋਲ, ਸੋ ਕੁਛ ਹੀ ਦਿਨਾਂ ਦੀ ਗੱਲ ਹੈ, ਇਹਦੇ ਵਿੱਚ ਸਾਡੇ ਕੋਲ ਸੀਟਸ ਅਵੇਲੇਬਲ ਹੈਗੀਆਂ ਨੇ। ਅਸੀਂ ਆਫਰ ਲੈਟਰ ਤੋਂ ਲੈ ਕੇ LOA ਤੋਂ ਲੈ ਕੇ ਬੱਚੇ ਦੀ ਫਾਈਲ ਜਮ੍ਹਾਂ ਕਰਨੀ ਹੈ। ਇਨਟੇਕ ਤਾਂ ਦੂਰ ਦੀ ਗੱਲ ਹੈ,
48 ਘੰਟੇ ਦੇ ਵਿੱਚ ਬੱਚੇ ਦੀ ਫਾਈਲ ਨੂੰ ਅਸੀਂ ਅੰਬੈਸੀ ਦੇ ਵਿੱਚ ਸਬਮਿਟ ਕਰਾਂਗੇ। ਸ਼ਰਤ ਇੱਕ ਰਹੇਗੀ, ਬੱਚੇ ਦੀ GIC ਡਾਕੂਮੈਂਟੇਸ਼ਨ ਸਾਰੇ ਰੈਡੀ ਰਹਿਣੇ ਚਾਹੀਦੇ ਆ, ਕਾਗਜ਼ ਅਗਰ ਤੁਹਾਡੇ ਸਾਰੇ ਰੈਡੀ ਨੇ, GIC ਦੀ ਪੇਮੈਂਟ ਤੁਹਾਡੇ ਕੋਲ ਹੈਗੀ ਹੈ, ਸੋ ਅਸੀਂ 2 ਦਿਨ ਦੇ ਵਿੱਚ ਬੱਚੇ ਦੀ ਫਾਈਲ ਨੂੰ ਅੰਬੈਸੀ ਦੇ ਵਿੱਚ ਲਾ ਸਕਦੇ ਹਾਂ। ਇਹਦੇ 'ਚ ਕੋਈ ਦਿੱਕਤ ਨਹੀਂ ਹੈ, ਚਾਹੇ ਉਹ ਆਰਟਸ ਬੈਕਗਰਾਊਂਡ ਵਾਲਾ ਹੈ, ਮੈਡੀਕਲ ਹੈ, ਕਾਮਰਸ ਹੈ, ਨੋਨ ਮੈਡੀਕਲ ਹੈ, ਹਰ ਇੱਕ ਬੱਚੇ ਦੇ ਲਈ ਸਾਡੇ ਕੋਲ ਸੀਟਸ ਅਵੇਲੇਬਲ ਨੇ। ਜੈਨਿਨ ਟੇਕ ਵੀ ਹੈਗਾ, ਮੇਨ ਟੇਕ ਵੀ ਹੈਗਾ, ਸੋ ਇਸ ਚੀਜ਼ ਦਾ ਬੱਚਾ ਲਾਹਾ ਲੈ ਸਕਦਾ। ਆਪਦਾ 6.5 ਤੋਂ 7 ਲੱਖ ਰੁਪਈਆ ਓਮ ਗਲੋਬਲ ਤੋਂ ਫਾਸਟ ਟਰੈਕ ਪ੍ਰੋਸੈਸਿੰਗ ਦੇ ਜ਼ਰੀਏ ਆਪਦਾ ਬਚਾ ਕੇ ਸੇਵ ਕਰਕੇ ਉਹ ਪੈਸੇ ਨੂੰ ਕੋਲ ਰੱਖ ਸਕਦਾ। ਬਿਲਕੁਲ, ਤੁਹਾਡਾ ਕੋਈ ਵੀ ਸਵਾਲ ਹੈ ਸਕਰੀਨ ਦੇ ਉੱਤੇ ਨੰਬਰ ਆ ਰਿਹਾ, ਲਗਾਤਾਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਓਮ ਗਲੋਬਲ ਦੇ ਜਿਹੜੀ ਐਕਸਪਰਟ ਟੀਮ ਹੈਗੀ ਉਸ ਨਾਲ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ। ਰਿੱਕੀ ਸੰਧੂ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਜਲੰਧਰ ਔਰ ਅੰਮ੍ਰਿਤਸਰ ਦੇ ਵਿੱਚ ਮਿਲ ਸਕਦੇ ਹੋ। ਅਪੁਆਇੰਟਮੈਂਟ ਲੈ ਕੇ ਪਹਿਲਾਂ ਮਿਲੋ ਕਿ ਕਿਸ ਦਿਨ ਕਿੱਥੇ ਹੁੰਦੇ ਆ, ਨਾਲ ਦੀ ਨਾਲ ਓਮ ਗਲੋਬਲ ਦੇ ਚੰਡੀਗੜ੍ਹ ਆਫਿਸ ਜਾਂ ਬਠਿੰਡਾ ਆਫਿਸ ਤੁਹਾਡੇ ਨੇੜੇ ਪੈਂਦਾ ਤਾਂ ਕਿਤੇ ਵੀ ਤੁਸੀਂ ਜੇ ਹਰਿਆਣੇ ਤੋਂ ਉਹ ਜਮੁਨਾ ਨਗਰ ਔਰ ਭੇਵਾ ਦੇ ਵਿੱਚ ਪਹੁੰਚ ਕੇ ਜਿਹੜੀ ਹੈ ਤੁਸੀਂ ਜਾਣਕਾਰੀ ਲੈ ਸਕਦੇ ਹੋ। ਖਾਸ ਤੌਰ 'ਤੇ ਸ਼ੋਅ ਲੈ ਕੇ ਆਉਣ ਦਾ ਮਕਸਦ ਇਹੀ ਹੈ, ਜਿਵੇਂ ਜਿਹੜੇ ਸਟੂਡੈਂਟ ਕੈਨੇਡਾ ਨੂੰ ਪਸੰਦ ਕਰਦੇ ਆ ਜਾਂ ਕੈਨੇਡਾ ਜਾਣਾ ਚਾਹੁੰਦੇ ਆ, ਉਹਨਾਂ ਨੂੰ ਆਲਰੇਡੀ ਪਤਾ ਤਾਂ ਲੱਗ ਹੀ ਚੁੱਕਾ ਹੋਣਾ ਵੀ GIC ਡਬਲ ਹੋ ਗਈ ਹੈ, ਪਰ ਉਸ ਨੂੰ ਤੁਸੀਂ ਕਿਵੇਂ ਬਚਾ ਸਕਦੇ ਹੋ? ਫਿਲਹਾਲ ਹਜੇ 15-20 ਦਿਨ ਤੁਹਾਡੇ ਕੋਲ ਹੈਗੇ ਆ। ਭਾਜੀ ਜਿਵੇਂ ਹੁਣੇ ਆਪਾਂ ਗੱਲ ਕੀਤੀ ਆ ਵੀ ਸਟੂਡੈਂਟ ਦੇ ਕੋਲ ਬਹੁਤ ਸਾਰੀਆਂ ਆਪਸ਼ਨਸ, ਇਸ ਟਾਈਮ ਬਹੁਤ ਹੀ ਘੱਟ ਆਪਸ਼ਨਸ ਹੈਗੀਆਂ, ਜੇ ਸਤੰਬਰ ਜਾਂ ਮਈ ਜਾਣਾ ਤਾਂ ਉਹਦੇ ਲਈ ਚਲੋ ਬਹੁਤ ਹੋ ਸਕਦੀਆਂ, ਪਰ ਜੇ ਕਿਸੇ ਨੇ ਆਪਣਾ GIC ਦਾ ਪੈਸਾ ਬਚਾਉਣਾ, ਜਿਵੇਂ ਮਿਡਲ ਕਲਾਸ ਫੈਮਲੀਜ਼ ਨੇ, ਉਹਨਾਂ ਲਈ 7-8 ਲੱਖ ਰੁਪਇਆ ਬਹੁਤ ਵੱਡੀ ਰਕਮ ਹੁੰਦੀ ਹੈ, ਜੇ ਤੁਸੀਂ ਬਚਾ ਸਕਦੇ ਹੋ ਤਾਂ ਬਹੁਤ ਘੱਟ ਦਿਨ ਨੇ, ਤੁਸੀਂ ਇਸ ਦੇ ਉੱਤੇ ਕਾਲ ਕਰ ਸਕਦੇ ਹੋ। ਪਰ ਆਫਰ ਲੈਟਰ ਨੂੰ ਕਿੰਨਾ ਸਮਾਂ ਲੱਗ ਰਿਹਾ, ਉਹ ਨਾਲ ਦੀ ਨਾਲ LOI ਜਿਵੇਂ ਤੁਸੀਂ ਕਹਿ ਰਹੇ ਹੋ, ਟੋਟਲ ਕਿੰਨਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਸਟੂਡੈਂਟ ਦਾ? ਦੇਖੋ ਸਰ, ਕੱਲ੍ਹ ਵੀ ਆਪਾਂ ਸ਼ੋਅ ਕੀਤਾ ਸੀਗਾ, ਕਾਫੀ ਸਟੂਡੈਂਟ ਦੇ ਕਾਲਸ ਵੀ ਆਏ ਸੀਗੇ, ਇਵਨ ਤੁਸੀਂ ਕਾਲਸ ਲਈਆਂ ਸੀਗੀਆਂ, ਬੱਚੇ ਕਹਿ ਰਹੇ ਕਿ ਭਾਜੀ 2-2, 3-3 ਮਹੀਨੇ ਹੋ ਗਏ ਸਾਡੀ ਆਫਰ ਲੈਟਰ ਤੱਕ ਹੀ ਨਹੀਂ ਆਈ। ਸੋ ਮੈਂ ਕਿਸੇ ਦੇ ਕਾਰੋਬਾਰ ਨੂੰ ਚੈਲੰਜ ਨਹੀਂ ਕਰਦਾ ਜਾਂ ਕਿਸੇ ਦੇ ਵੀ ਉਂਗਲ ਨਹੀਂ ਕਰਦਾ, ਅਸੀਂ ਆਪਦੇ ਕੰਮ ਨੂੰ ਦੇਖਾਂਗੇ ਕਿ ਕਿੱਦਾਂ ਇਸ ਘੜੀ ਦੇ ਵਿੱਚ ਪੈਨਸ਼ਨ ਦਾ ਟਾਈਮ ਹੀ ਇਸ ਘੜੀ ਦੇ ਵਿੱਚ ਹੈ ਕਿ ਸਟੂਡੈਂਟ ਦੀ ਕਿੱਦਾਂ ਹੈਲਪ ਹੋ ਸਕਦੀ ਹੈ। ਤੁਸੀਂ ਫੈਮਿਲੀ ਬੈਕਗਰਾਊਂਡ ਦੀ ਗੱਲ ਕੀਤੀ ਹੈ ਕਿ ਜਿਹੜਾ ਮਿਡਲ ਕਲਾਸ ਫੈਮਿਲੀ ਮੈਂਬਰਸ ਹੈਗੇ ਨੇ, ਜਾਂ ਕਈ ਵਾਰੀ ਹੁੰਦਾ ਕਿ ਕਿਸੇ ਨੇ ਪੇਮੈਂਟ ਆਪਣੀ ਅਰੇਂਜ ਕਰਨੀ ਹੁੰਦੀ ਹੈ, ਸੋ 2 ਤਰੀਕੇ ਦੇ ਸਟੂਡੈਂਟ ਹੋ ਜਾਂਦੇ। ਪਹਿਲਾ ਉਹ ਬੱਚਾ ਜਿਹਦੇ ਕੋਲ ਲਿਮਿਟਿਡ ਜਿਹਾ ਪੈਸਾ ਹੈ, ਜਿਹਨੇ ਅਰੇਂਜ ਕਰਕੇ ਆਉਣਾ, ਦੂਜਾ ਐਸਾ ਬੱਚਾ ਕਿ ਜਿਹਦੇ ਕੋਲ ਆਲਰੇਡੀ ਕਾਫੀ ਪੈਸਾ ਪਿਆ ਹੋਇਆ, ਫਾਈਨੈਂਸ਼ੀਅਲ ਬੈਕਗਰਾਊਂਡ ਜਿਹਦਾ ਚੰਗਾ। ਹੁਣ ਜਿਹੜੇ ਬੱਚੇ ਨੇ ਆਪਦਾ 6.5 ਤੋਂ 7 ਲੱਖ ਰੁਪਏ ਬਚਾਉਣਾ ਹੈ, ਸੋ ਇਹ ਕੁਛ ਹੀ ਦਿਨ ਨੇ ਇਹਦੇ ਵਿੱਚ ਅਗਰ ਆਪਣੀ ਫਾਈਲ ਕਰਦਾ, ਉਹਦੀ ਫਾਈਲ ਜਿਹੜੀ ਹੈ ਆਫਰ ਲੈਟਰ ਤੋਂ ਲੈ ਕੇ, ਜੋ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ, ਮੈਂ ਰਿਪੀਟ ਕਰ ਦਿੰਦਾ, ਆਫਰ ਲੈਟਰ ਤੋਂ ਲੈ ਕੇ ਫਾਈਲ ਐਮਬੈਸੀ ਲਾਉਣ ਤੱਕ, ਮੈਨੂੰ ਨਹੀਂ ਪਤਾ ਬਾਕੀ ਏਜੰਟਸ ਨੇ ਕਿੱਦਾਂ ਕੰਮ ਕੀਤਾ, ਕਿੱਦਾਂ ਪ੍ਰੋਸੈਸਿੰਗ ਕਰਦੇ, ਉਹਨਾਂ ਕੋਲ ਕਾਲਜਸ ਹੈਗੇ ਆ ਟਾਈਪ ਦੇ ਵਿੱਚ ਡਾਇਰੈਕਟ ਜਾਂ ਨਹੀਂ ਹੈਗੇ, ਕਿਉਂ 2-2, 3-3 ਮਹੀਨੇ ਲੱਗ ਰਹੇ ਨੇ। ਸੋ ਇਹ ਆਪਣਾ ਮੁੱਦਾ ਨਹੀਂ ਹੈਗਾ, ਅੱਜ ਦਾ ਮੁੱਦਾ ਜਿਹੜਾ ਆਪਣਾ ਇਹ ਹੈਗਾ ਕਿ ਅੱਜ ਬੱਚਾ ਆਪਦੇ ਪੈਸੇ 6.5 ਤੋਂ 7 ਲੱਖ ਰੁਪਏ ਬਚਾਉਣਾ ਚਾਹੁੰਦਾ, ਉਹਦੀ ਫਾਈਲ ਅਸੀਂ 31 ਦਸੰਬਰ ਤੋਂ ਪਹਿਲੇ ਕਿੱਦਾਂ ਲਾ ਸਕਦੇ ਹਾਂ। ਸੋ ਓਮ ਗਲੋਬਲ ਉਸ ਚੀਜ਼ ਦੇ ਵਿੱਚ 2 ਦਿਨ ਦੇ ਵਿੱਚ ਬੱਚੇ ਦੀ ਫਾਈਲ ਨੂੰ ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਸਬਮਿਟ ਕਰਾਏਗਾ। ਦੂਸਰੀ ਚੀਜ਼, ਐਸਾ ਸਟੂਡੈਂਟ ਹੈ ਜਿਹੜਾ ਫਾਈਨੈਂਸ਼ੀਅਲ ਬੈਕਗਰਾਊਂਡ ਜਿਹਦਾ ਬਹੁਤ ਚੰਗਾ, ਉਹਨੂੰ ਮੈਟਰ ਨਹੀਂ ਕਰਦਾ GIC $10,200 ਹੈ ਜਾਂ $20,625 ਹੈ। ਸੋ ਉਹ ਬੱਚਾ ਜਦੋਂ ਮਰਜ਼ੀ ਆਪਦੀ ਐਪਲੀਕੇਸ਼ਨ ਕਰ ਸਕਦਾ, ਫਿਰ ਚਾਹੇ ਉਹ ਜੈਨ 'ਚ ਕਰੇ, ਮੇ ਦੇ ਵਿੱਚ ਕਰੇ, ਉਹਦੇ ਲਈ ਮਲਟੀਪਲ ਆਪਸ਼ਨਸ ਹੈਗੀਆਂ। ਬਟ ਜਿਹੜਾ ਸਟੂਡੈਂਟ ਐਸਾ ਹੈ, ਹੁਣ ਇਹ 'ਚ 2-3 ਤਰੀਕੇ ਦੇ ਬੱਚੇ ਆ ਜਾਂਦੇ ਆ। ਪਹਿਲਾਂ ਤਾਂ ਉਹ ਬੱਚਾ ਕਿ ਜਿਹੜਾ ਕਿੰਨੀ ਵਾਰ ਰਿਫਿਊਜ਼ ਹੋ ਗਿਆ, ਉਹ ਫਾਈਲ ਕਰਨਾ ਚਾਹੁੰਦਾ, ਉਹ ਸਟੂਡੈਂਟ ਹੋ ਗਿਆ। ਦੂਸਰਾ ਸਟੂਡੈਂਟ ਐਸਾ ਹੈ ਕਿ ਜਿਹੜਾ ਕਹਿੰਦਾ ਕਿ ਭਾਜੀ ਹੁਣ ਮੈਂ ਐਪਲੀਕੇਸ਼ਨ ਦੇ ਵਿੱਚ ਵੀਜ਼ਾ ਲਵਾ ਕੇ ਜਾਣਾ ਚਾਹੁੰਦਾ ਹੈ, ਜਾਂ ਮੈਂ ਕਿਤੋਂ ਮੰਨ ਲਓ ਵਿਆਜੀ ਪੈਸਾ ਫੜਿਆ, ਮੈਨੂੰ ਵਿਆਜ ਪੈਂਦਾ ਪਿਆ, ਸੋ ਉਹ ਬੱਚੇ ਦੀ ਫਾਈਲ ਜਿਹੜੀ ਫਾਸਟ ਟਰੈਕ ਐਪਲੀਕੇਸ਼ਨ ਦੇ ਵਿੱਚ ਆਪਾਂ ਕਰ ਸਕਦੇ। ਤੀਸਰੀ ਚੀਜ਼ ਜਿਹੜੀ ਇਹਦੇ ਵਿੱਚ ਆ ਜਾਂਦੀ ਹੈ ਕਿ ਐਸਾ ਸਟੂਡੈਂਟ ਜਿਹਦੀ ਮੰਨ ਲਓ ਜਨਵਰੀ ਮਿਡ ਤੱਕ ਆਇਲਸ ਐਕਸਪਾਇਰ ਹੋਣ ਵਾਲੀ ਹੈ, ਜਿਹੜਾ ਬੱਚਾ ਕਹਿੰਦਾ ਕਿ ਭਾਜੀ ਮਹੀਨੇ 'ਚ ਮੇਰੀ ਆਇਲਸ ਖਤਮ ਹੋ ਜਾਣੀ, ਮੈਂ ਦੁਬਾਰਾ ਨਹੀਂ ਦੇ ਸਕਦਾ, ਸੋ ਉਹ ਬੱਚੇ ਸਾਡੇ ਕੋਲ ਆ ਸਕਦੇ ਨੇ। ਬਿਲਕੁਲ ਅਸੀਂ 2 ਦਿਨ 'ਚ ਬੱਚੇ ਦੀ ਫਾਈਲ ਐਮਬੈਸੀ 'ਚ ਲਾਵਾਂਗੇ। ਨੋਟ ਈਵਨ ਅਗਰ ਆਪਾਂ ਫਰੈਸ਼ ਐਪਲੀਕੈਂਟ ਦੀ ਗੱਲ ਕਰਦੇ ਹਾਂ,
ਫਿਊਜ਼ ਐਪਲੀਕੇਸ਼ਨ ਦੀ ਵੀ ਗੱਲ ਕਰਦੇ ਹਾਂ, ਨਾ ਕੋਈ ਐਪਲੀਕੇਸ਼ਨ ਫੀਸ, ਨਾ ਪ੍ਰੋਸੈਸਿੰਗ ਫੀਸ, ਨਾ ਕਾਲਜ ਫੀਸ, ਨਾ ਅੰਬੈਸੀ ਫੀਸ ਔਰ ਨਾ ਮੈਡੀਕਲ ਫੀਸ। ਸਾਰੇ ਪੈਸੇ ਬੱਚੇ ਦੇ ਅਸੀਂ ਇਨਵੈਸਟ ਕਰਾਂਗੇ। ਬੱਚੇ ਕੋਲੋਂ ਪੈਸਾ ਉਦੋਂ ਲਾਂਗੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ। ਹੁਣ ਡਰ ਦਾ ਵੀ ਕਾਫੀ ਮਾਹੌਲ ਹੈ, ਕਾਫੀ ਸਟੂਡੈਂਟ ਦੇ ਸਵਾਲ ਸੀਗੇ, ਉਹਨਾਂ ਦੇ ਪੇਰੈਂਟਸ ਦੇ ਵੀ ਸਵਾਲ ਸੀਗੇ ਕਿ ਭਾਅ ਜੀ ਅਸੀਂ ਪੈਸਾ ਇਹਦੇ ਵਿੱਚ ਲਾ ਕੇ ਕੱਲ ਨੂੰ ਇਹ ਨਾ ਹੋਵੇ ਕਿ GIC ਜਿਹੜੀ 20,625 ਸਾਡੇ ਕੋਲ ਅਰੇਂਜ ਨਾ ਹੋਵੇ, ਅਸੀਂ ਆਪਦੀਆਂ ਫੀਸਾਂ ਫਸਾ ਲਈਏ। ਸੋ ਉਹਦੇ ਵਿੱਚ ਕੋਈ ਪ੍ਰੋਸੈਸਿੰਗ, ਕੋਈ ਕਾਲਜ ਐਪਲੀਕੇਸ਼ਨ, ਐਮਬੈਸੀ ਔਰ ਮੈਡੀਕਲ ਫੀਸ, ਸਾਰੇ ਪੈਸੇ ਅਸੀਂ ਲਾਵਾਂਗੇ। ਬੱਚੇ ਕੋਲੋਂ ਪੈਸਾ ਉਦੋਂ ਲਵਾਂਗੇ ਜਦੋਂ ਵੀਜ਼ਾ ਗ੍ਰਾਂਟ ਹੋ ਜਾਏਗਾ, ਔਰ ਬੱਚੇ ਦੀ ਫਾਈਲ ਜਿਹੜੀ ਲੱਗੇਗੀ ਸਿਰਫ ਤੇ ਸਿਰਫ $10,200 GIC ਦੇ ਨਾਲ ਲਾਵਾਂਗੇ। ਸੋ ਅਸੀਂ ਇਹ ਇਨੀਸ਼ੀਏਟ ਲਿਆ। ਸੋ ਬੱਚੇ ਦਾ ਕਿਤੇ ਨਾ ਕਿਤੇ ਸਪੋਰਟ ਚਾਹੀਦਾ। ਸਪੋਰਟ ਸਾਨੂੰ ਇਹ ਚਾਹੀਦਾ ਕਿ ਇੱਕ ਤਾਂ ਤੁਹਾਡੇ ਡਾਕੂਮੈਂਟੇਸ਼ਨ ਕੰਪਲੀਟ ਹੋਣੇ ਚਾਹੀਦੇ, ਦੂਜੇ ਤੁਹਾਡੇ ਕੋਲ GIC ਦੀ ਪੇਮੈਂਟ ਜਿਹੜੀ $10,200 ਅਪਰੋਕਸੀਮੇਟਲੀ 6.5-6 ਲੱਖ ਰੁਪਇਆ ਅਰੇਂਜ ਰੱਖੋ, ਸੋ ਦੈਟ ਕਿ ਅਸੀਂ 2 ਦਿਨ ਦੇ ਵਿੱਚ ਤੁਹਾਡੀ ਫਾਈਲ ਨੂੰ ਅੰਬੈਸੀ 'ਚ ਲਾ ਸਕੀਏ। ਬਿਲਕੁਲ ਵੱਡੀ ਆਪਸ਼ਨਸ ਆ ਓਮ ਗਲੋਬਲ ਵੱਲੋਂ। ਜੇਕਰ ਤੁਸੀਂ ਕੈਨੇਡਾ ਸਟੱਡੀ ਵੀਜ਼ੇ 'ਤੇ ਜਾਣ ਦਾ ਸੁਪਨਾ ਦੇਖ ਰਹੇ ਹੋ ਔਰ ਥੋੜ੍ਹੇ ਪੈਸੇ ਵੀ ਬਚਾਉਣਾ ਚਾਹੁੰਦੇ ਹੋ ਤਾਂ ਓਮ ਗਲੋਬਲ ਇੱਕ ਆਫਰ ਤੁਹਾਡੇ ਲਈ ਲੈ ਕੇ ਆਇਆ। ਤੁਸੀਂ 31 ਦਸੰਬਰ ਤੋਂ ਪਹਿਲਾਂ ਜੇ ਆਪਣੀ ਫਾਈਲ ਜਿਹੜੀ ਅੰਬੈਸੀ ਦੇ ਵਿੱਚ ਭੇਜ ਦਿੰਦੇ ਹੋ, ਯਾਨੀ ਕਿ ਪ੍ਰੋਸੈਸ ਕਰਾਉਂਦੇ ਹੋ, GIC ਭਰ ਦਿੰਦੇ ਹੋ, ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਪਹੁੰਚ ਜਾਂਦੀ ਹੈ, ਤਾਂ ਤੁਸੀਂ ਆਪਣੇ $10,000 ਜਿਹੜਾ $200 ਜਿਹੜਾ ਹੈਗਾ ਬਚਾ ਸਕਦੇ ਹੋ ਔਰ ਕਾਫੀ ਵੱਡਾ ਫਾਇਦਾ ਬੈਨੀਫਿਟ ਹੈਗਾ ਤੁਹਾਡੇ ਪੇਰੈਂਟਸ ਦਾ, ਜਿਸ ਦੇ ਨਾਲ ਤੁਸੀਂ ਅੱਗੇ ਹੋਰ ਖਰਚੇ ਜਿਹੜੇ ਆ ਉਹ ਵੀ ਕਰ ਸਕਦੇ ਹੋ। ਨਾਲ ਦੀ ਨਾਲ ਜਿਵੇਂ ਭਾਈ ਨੇ ਕਿਹਾ ਵੀ ਕੋਈ ਵੀ ਤੁਹਾਡੀ ਜਾਣਕਾਰੀ ਹੈ ਤੁਸੀਂ ਓਮ ਗਲੋਬਲ ਦੇ ਨੇੜਲੇ ਆਫਿਸ ਪਹੁੰਚੋ ਜਾਂ ਫਿਰ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਇਸ ਦੇ ਉੱਤੇ ਕਾਲ ਕਰੋ। ਰਿਫਿਊਜ਼ਲ ਦੀ ਆਪਾਂ ਹੁਣੇ ਗੱਲ ਕੀਤੀ ਹੈ, ਕਿਸੇ ਸਟੂਡੈਂਟ ਦਾ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਤੁਸੀਂ ਰੀਅਪਲਾਈ ਕਰ ਸਕਦੇ ਹੋ। ਨਾਲ ਦੀ ਨਾਲ ਸਪਾਊਸ ਦੀ ਗੱਲ ਕਰਦੇ ਹਾਂ ਸਰ, ਸਪਾਊਸ ਦੇ ਲਈ ਕੀ ਬੈਨੀਫਿਟ ਹੈਗੇ ਆ ਇੱਥੇ ਕਿ ਉਹ ਵੀ ਇਸ ਤਰ੍ਹਾਂ ਦੇ ਨਾਲ ਇੰਨੇ ਘੱਟ ਟਾਈਮ ਦੇ ਵਿੱਚ ਅਪਲਾਈ ਕਰ ਸਕਦੇ ਆ? ਦੇਖੋ, ਰਿਫਿਊਜ਼ਲ ਐਪਲੀਕੇਸ਼ਨ ਦੀ ਅਗਰ ਆਪਾਂ ਗੱਲ ਕਰਦੇ, ਬਹੁਤ ਸਾਰੇ ਸਟੂਡੈਂਟ ਐਸੇ ਆ ਸਾਡੇ ਕੋਲ ਵੀ ਆਫਿਸ ਦੇ ਵਿੱਚ ਆਉਂਦੇ ਕਿ ਭਾਅ ਜੀ ਪੈਸੇ ਫੜ ਕੇ ਲਾਏ ਸੀਗੇ, 2 ਵਾਰ ਜਾਂ 3 ਵਾਰ ਰਿਫਿਊਜ਼ ਹੋ ਗਏ, 3.5-4 ਲੱਖ ਰੁਪਇਆ ਸਾਡਾ ਬਰਬਾਦ ਹੋ ਗਿਆ, ਟਾਈਮ ਵੀ ਵੇਸਟ ਹੋ ਗਿਆ, ਪੜ੍ਹਾਈ 'ਚ ਵੀ ਗੈਪ ਪੈ ਗਿਆ। ਸੋ ਇਹਦੇ ਨਾਲ ਨਾਲ ਪ੍ਰੋਫਾਈਲਸ ਦੀ ਅਗਰ ਆਪਾਂ ਗੱਲ ਕਰਦੇ ਹਾਂ, ਜੇਕਰ ਤੁਸੀਂ ਮਿਨੀਮਮ +2 ਪਾਸ ਹੋ, ਤੁਹਾਡੇ 50% ਮਾਰਕਸ ਹੈ, 6 ਬੈਂਡ ਤੁਹਾਡੇ ਆਇਲਸ ਦੇ ਵਿੱਚ ਓਵਰਆਲ ਹੈ, ਸੋ ਚਾਹੇ 2 'ਚ 5.5 ਆ, 3 'ਚ 5.5 ਆ, 1 ਮੋਡਿਊਲ 'ਚ 5 ਜਾਂ 1 'ਚ 4.5 ਹੈ, 6 ਬੈਂਡ ਓਵਰਆਲ ਹੈ, 50% ਮਾਰਕਸ ਹੈ, ਤੁਸੀਂ ਓਮ ਗਲੋਬਲ ਦੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਆ ਸਕਦੇ ਹੋ। 10-15 ਸਾਲ ਦਾ ਪੜ੍ਹਾਈ ਦੇ ਵਿੱਚ ਗੈਪ ਹੈ, ਅਸੀਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਾਂਗੇ। 10-15 ਵਾਰ ਤੁਸੀਂ ਜੇ ਰਿਫਿਊਜ਼ ਹੋ, ਅਸੀਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਾਂਗੇ। ਸਪਾਊਸ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਸੋ ਬਹੁਤ ਵਾਰੀ ਲੋਕ ਇਹ ਚੀਜ਼ ਕਹਿੰਦੇ ਆ ਕਿ ਭਾਅ ਜੀ ਕੈਨੇਡਾ ਦਾ ਸਪਾਊਸ ਵੀਜ਼ਾ ਨਹੀਂ ਹੁੰਦਾ, ਮਾਣ ਨਾ ਕਹਾਂਗੇ, ਪੰਜਾਬ ਦੀ ਇਕਲੌਤੀ ਕੰਪਨੀ ਐਸੀ ਹੈ ਓਮ ਗਲੋਬਲ ਜਿਹਨੇ ਪੰਜਾਬ 'ਚ ਸਭ ਤੋਂ ਜ਼ਿਆਦਾ ਸਪਾਊਸ ਵੀਜ਼ੇ ਲਵਾਏ ਹੈ ਕੈਨੇਡਾ ਸਟੂਡੈਂਟ ਦੇ ਬਿਹਾਫ ਦੇ ਉੱਪਰ। ਸੋ ਇਹਦੇ ਵਿੱਚ ਕੀ ਚੀਜ਼ ਹੈਗੀ ਹੈ, ਅਗਰ ਤੁਸੀਂ ਮੇਨ ਐਪਲੀਕੈਂਟ ਹੋ, ਮਿਨੀਮਮ 12 ਪੜ੍ਹੇ ਹੋ, +2 ਪਾਸ ਕੀਤੀ ਹੈ, ਸਪਾਊਸ ਅਗਰ ਅਨਪੜ੍ਹ ਹੈ, ਅਸੀਂ ਉਹਦੇ 'ਚ ਵੀ ਵੀਜ਼ੇ ਲਏ ਹੈ, ਸੋ ਵਿਆਹ ਨਵਾਂ ਅਸੀਂ ਉਹਦੇ 'ਚ ਵੀ ਵੀਜ਼ੇ ਲਏ ਹੈ, +2 ਬੇਸ ਦੇ ਉੱਤੇ ਸਪਾਊਸ ਕੋਈ ਕੰਟਰੀ ਵੀਜ਼ਾ ਨਹੀਂ ਦਿੰਦੀ, ਔਰ ਕੋਈ ਕੰਸਲਟੈਂਟ ਐਸਾ ਮੈਂ ਨਹੀਂ ਦੇਖਿਆ ਜਿਹਨੇ +2 ਬੇਸ ਦੇ ਉੱਪਰ ਸਪਾਊਸ ਵੀਜ਼ਾ ਬੱਚਿਆਂ ਦੇ ਨਾਲ ਦਿਖਾਇਆ ਹੋਵੇ। ਸਿੰਗਲ ਕਰਨਾ ਹੈ, ਸਪਾਊਸ ਕਰਨਾ ਹੈ, ਬੱਚਿਆਂ ਨਾਲ ਜਾਣਾ ਹੈ, ਸੋ ਲਿਮਿਟਡ ਜਿਹਾ ਟਾਈਮ ਤੁਹਾਡੇ ਕੋਲ ਹੈਗਾ, ਹੁਣ ਤੁਸੀਂ ਆਪਦੀ ਫਾਈਲ ਲਾ ਸਕਦੇ ਹੋ, +$10,200 GIC ਦੇ ਉੱਤੇ ਹੀ ਬੱਚੇ ਨੂੰ ਭੇਜਾਂਗੇ। ਸੋ ਚਾਹੇ ਸਿੰਗਲ ਹੈ, ਸਪਾਊਸ ਹੈ ਜਾਂ ਵਿਦ ਕਿਡ ਹੈ, 2 ਦਿਨ 'ਚ ਤੁਹਾਡੀ ਫਾਈਲ ਨੂੰ ਅਸੀਂ ਅੰਬੈਸੀ ਤੱਕ ਪਹੁੰਚਾਵਾਂਗੇ ਅਤੇ ਸਾਰੇ ਪੈਸੇ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਬਿਲਕੁਲ, ਜੇ ਤੁਹਾਡਾ ਵੀ ਕੋਈ ਕੈਨੇਡਾ ਪੜ੍ਹਨ ਦਾ ਚਾਹਵਾਨ ਹੋ, ਤੁਸੀਂ ਕੈਨੇਡਾ ਪੜ੍ਹਨਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰੋ। ਟਾਈਮ ਬਹੁਤ ਘੱਟ ਹੈਗਾ, ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਵਾਰ ਵਾਰ ਇਸ ਲਈ ਰਿਪੀਟ ਕਰ ਲਿਆ ਕਿ ਸਟੂਡੈਂਟ ਦੇ ਬੈਨੀਫਿਟ ਦੀ ਗੱਲ ਹੈਗੀ ਹੈ, ਸਟੂਡੈਂਟ ਦੇ ਫਾਇਦੇ ਦੀ ਗੱਲ ਹੈਗੀ ਹੈ। ਸ਼ੋਅ ਅਸੀਂ ਲਗਾਤਾਰ ਓਮ ਗਲੋਬਲ ਦੇ ਨਾਲ ਕਰ ਰਹੇ ਹਾਂ, ਪਿਛਲੇ ਸ਼ੋਆਂ ਦੇ ਵਿੱਚ ਲਾਈਵ
ਟਰਾਈ ਵੀ ਕੀਤਾ, ਲਾਈਵ ਕਾਲਿੰਗ ਵੀ ਬਹੁਤ ਸੀਗੀ, ਜਿਵੇਂ ਭਾਈ ਨੇ ਗੱਲ ਕੀਤੀ ਕਿ ਆਫਰ ਲੈਟਰ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਪਰ ਜੇ ਤੁਸੀਂ ਓਮ ਗਲੋਬਲ ਦੇ ਪਹੁੰਚਦੇ ਹੋ ਤਾਂ ਤੁਹਾਨੂੰ ਕਾਫੀ ਬੈਨੀਫਿਟ ਹੋ ਸਕਦੇ ਆ। ਬਹੁਤ ਜਲਦੀ ਪ੍ਰੋਸੈਸਿੰਗ, ਜਿਹੜਾ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ ਕਿ 48 ਘੰਟੇ ਦੇ ਵਿੱਚ ਸਟੂਡੈਂਟ ਦੀ ਜਿਹੜੀ ਫਾਈਲ ਹੈ ਅੰਬੈਸੀ ਦੇ ਵਿੱਚ ਜਾਊਗੀ। ਉਹ ਨਾਲ ਦੀ ਨਾਲ ਹੋਰ ਵੀ ਤੁਹਾਡੇ ਬਹੁਤ ਸਾਰੇ ਫਾਇਦੇ ਜਿਹੜੇ ਹੋ ਸਕਦੇ ਆ। ਵੱਡੀ ਗੱਲ ਹੈ, ਤੁਹਾਡੇ ਪੈਸੇ ਦਾ ਨੁਕਸਾਨ ਨਹੀਂ ਹੈ, ਪੈਸੇ ਵੀ ਸਾਰੇ ਜਿਹੜੇ ਆ ਵੀਜ਼ਾ ਲੱਗਣ ਤੋਂ ਬਾਅਦ ਓਮ ਗਲੋਬਲ ਲਊਗਾ। ਸਿਰਫ ਤੁਸੀਂ ਆਪਣੀ GIC ਭਰ ਕੇ ਜਿਹੜਾ ਹੈ ਕੈਨੇਡਾ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ। ਸਰ ਜਿਵੇਂ ਮਾਸਟਰ ਲੈਵਲ ਵਾਲੇ ਨੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਸਟੂਡੈਂਟ ਹੈਗੇ ਆ, ਕਿ ਉਹ ਵੀ ਹੁਣੇ ਅਪਲਾਈ ਕਰ ਸਕਦੇ ਆ, ਉਹਨਾਂ ਲਈ ਕਿਸ ਤਰ੍ਹਾਂ ਦੇ ਨਾਲ ਆਪਸ਼ਨਸ ਹੈਗੀਆਂ ਨੇ, ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਹੈਗੇ ਆ? ਸੋ ਦੇਖੋ ਭਾਜੀ, ਚਾਹੇ ਪਲੱਸ ਟੂ ਹੈ, ਚਾਹੇ ਬੈਚਲਰਸ ਆ ਜਾਂ ਮਾਸਟਰਸ ਆ ਜਾਂ ਡਬਲ ਮਾਸਟਰਸ ਕਰ ਚੁੱਕੇ ਹੋ, ਸੋ ਰੀਸੈਂਟ ਟਾਈਮ ਦੇ ਵਿੱਚ ਆਰਟਸ, ਕਾਮਰਸ, ਮੈਡੀਕਲ, ਨਾਨ ਮੈਡੀਕਲ ਹਰ ਸਟਰੀਮ ਦਾ ਬੱਚਾ, ਚਾਹੇ ਉਹ ਪਲੱਸ ਟੂ ਹੈ, ਗ੍ਰੈਜੂਏਟ ਹੈ, ਪੋਸਟ ਗ੍ਰੈਜੂਏਟ ਹੈ, ਮਾਸਟਰਸ ਹੈ, ਕਿਸੇ ਲੈਵਲ ਦੀ ਐਜੂਕੇਸ਼ਨ ਹੈ, ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਸਿੰਗਲ ਜਾਣਾ, ਓਮ ਗਲੋਬਲ ਕੋਲ ਆਪਸ਼ਨਸ ਹੈਗੀਆਂ, ਸਪਾਊਸ ਜਾਣਾ, ਵਿਦ ਕਿਡ ਜਾਣਾ, ਓਮ ਗਲੋਬਲ ਦੇ ਕੋਲ ਆਪਸ਼ਨਸ ਹੈਗੀਆਂ ਨੇ। ਸੋ ਇਹ ਲਿਮਿਟਡ ਜਿਹਾ ਟਾਈਮ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਦਾ ਵਹਿਮ ਹੈ ਕਿ 31 ਦਸੰਬਰ ਤੱਕ ਅਸੀਂ ਫਾਈਲ ਆਪਣੀ ਸਬਮਿਟ ਕਰਾਂਗੇ। ਸੋ ਕਈ ਲੋਕ ਇਹ ਵੀ ਸੋਚਦੇ ਨੇ ਆ 27-28 ਤਰੀਕ ਨੂੰ ਅਪਲਾਈ ਕਰਾਂਗੇ, 2 ਦਿਨ 'ਚ ਓਮ ਗਲੋਬਲ ਆਪਣੀ ਫਾਈਲ ਲਾ ਦੇਗਾ, ਕੋਈ 30 ਤਰੀਕ ਤੱਕ ਆਪਾਂ ਫਾਈਲ ਜਮ੍ਹਾਂ ਕਰਾ ਦਾਂਗੇ ਅੰਬੈਸੀ ਦੇ ਵਿੱਚ। ਬਟ ਸੋਚਣ ਵਾਲੀ ਚੀਜ਼ ਜਿਹੜੀ ਇਹਦੇ ਵਿੱਚ ਇਹ ਹੈਗੀ ਹੈ ਕਿ 25 ਤਰੀਕ ਤੋਂ ਬਾਅਦ ਬਸ ਸਰਕਾਰੀ ਛੁੱਟੀਆਂ ਵੀ ਸਟਾਰਟ ਹੋ ਜਾਣੀਆਂ ਨੇ, ਕ੍ਰਿਸਮਸ ਕਰਕੇ ਬੈਂਕਸ ਦੇ ਵਿੱਚ ਪ੍ਰੋਬਲਮ ਆਏਗੀ, ਨਿਊ ਈਅਰ ਕਰਕੇ ਜਿਹੜੀਆਂ ਲਾਸਟ ਜਾਂ ਸੈਟਰਡੇਜ਼ ਜਿਹੜੇ ਆਉਣ ਵਾਲੇ ਆ ਆਫ ਰਹਿਣਗੇ। ਸੋ ਮੇਰਾ ਸੁਝਾਅ ਜਿਹੜਾ ਸਟੂਡੈਂਟ ਜਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹੀ ਰਹੇਗਾ ਕਿ 20 ਤਰੀਕ ਤੱਕ ਤੁਸੀਂ ਆਪਦੀ GIC ਪੇ ਕਰੋ, ਸੋ ਦੈਟ ਕਿ GIC ਜਦੋਂ ਬੱਚਾ ਪੇ ਕਰਦਾ ਉਹਦਾ ਸਰਟੀਫਿਕੇਟ ਆਉਣ ਨੂੰ ਵੀ 2 ਤੋਂ 3 ਦਿਨ ਲੱਗ ਜਾਂਦੇ। 20 ਤਰੀਕ ਨੂੰ ਅਗਰ ਆਪਾਂ ਪੈਸਾ ਜਮ੍ਹਾਂ ਕਰਾਉਂਦੇ ਹਾਂ ਜਾਂ 21 ਤਰੀਕ ਨੂੰ ਕਰਾਉਂਦੇ ਹਾਂ, ਸੋ ਕਿ 23-24 ਤਰੀਕ ਤੱਕ ਸਾਡੇ ਕੋਲ ਤੁਹਾਡਾ GIC ਸਰਟੀਫਿਕੇਟ ਆ ਜਾਏਗਾ, ਤਾਂ ਅਸੀਂ ਫਾਈਲ ਲਾ ਸਕਦੇ ਹਾਂ। ਇੱਕ ਹੋਰ ਜਿਹੜੀ ਚੀਜ਼ ਹੈ, ਜਦੋਂ ਵੀ ਬਹੁਤ ਵੱਡੇ ਪੱਧਰ 'ਤੇ ਐਪਲੀਕੇਸ਼ਨਸ ਲੱਗਦੀਆਂ ਨੇ, ਸੋ ਕਦੀ ਨਾ ਕਦੀ ਸਿਸਟਮ ਕਰੈਸ਼ ਹੋ ਜਾਂਦਾ, ਕਿਤੇ ਨਾ ਕਿਤੇ ਸਾਈਟ ਸਲੋ ਹੋ ਜਾਂਦੀ ਹੈ ਜਾਂ ਅੰਬੈਸੀ ਸਾਈਟ ਕੰਮ ਕਰਨਾ ਬੰਦ ਕਰ ਦਿੰਦੀ ਜਾਂ ਬਹੁਤ ਸਲੋ ਕੰਮ ਕਰਦੀ ਹੈ। ਸੋ ਇਸ ਚੀਜ਼ ਦੇ ਵਹਿਮ ਦੇ ਵਿੱਚ ਬਿਲਕੁਲ ਨਾ ਰਹੀਓ ਕਿ ਦਿਨ ਬਹੁਤ ਜ਼ਿਆਦਾ ਪਏ ਹੋਏ ਨੇ, ਸਾਈਟ ਬਿਲਕੁਲ ਸਲੋ ਹੋਏਗੀ, ਕਿਉਂਕਿ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਸੀਗਾ, ਜਿਹਦਾ ਸਾਲ ਦੀ ਫੀਸ ਔਰ GIC ਦੇ ਨਾਲ ਜਿਹੜਾ ਬਜਟ ਸੀਗਾ 16 ਤੋਂ 18 ਲੱਖ ਹੁੰਦਾ ਸੀਗਾ, 1 ਜਨਵਰੀ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਕਰਨੀ ਆ ਉਹੀ 16 ਤੋਂ 18 ਲੱਖ ਨੇ, 23 ਤੋਂ 24 ਲੱਖ ਬਣ ਜਾਣਾ। ਸੋ ਅਮੂਮਨ ਜੀ ਗੱਲ ਹੈ ਜੀ 7-8 ਲੱਖ ਰੁਪਏ ਹਰ ਕੋਈ ਆਪਦਾ ਬਚਾਉਣਾ ਚਾਹੁੰਦਾ, ਜਿਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਐਪਲੀਕੇਸ਼ਨ ਲੱਗਣਗੀਆਂ। ਸੋ ਪਰਸਨਲ ਸੁਝਾਅ ਸਾਰਿਆਂ ਨੂੰ ਇਹੀ ਰਹੇਗਾ ਕਿ ਸਾਨੂੰ ਕਾਲ ਕਰਨ ਨਾਲੋਂ ਚੰਗਾ ਆਪਦੇ ਕਾਗਜ਼ ਲਓ, ਪਰਿਵਾਰਕ ਮੈਂਬਰਾਂ ਨੂੰ ਵੱਡਿਆਂ ਨੂੰ ਨਾਲ ਲੈ ਕੇ ਆਓ, ਸਿੱਧਾ ਸਾਡੇ ਦਫ਼ਤਰਾਂ ਦੇ ਵਿੱਚ ਵਿਜ਼ਿਟ ਕਰੋ, ਉੱਥੇ ਇਨਫੋਰਮੇਸ਼ਨ ਲੈ ਕੇ ਨਾਲ ਦੇ ਨਾਲ ਹੀ ਆਪਣੀ ਐਪਲੀਕੇਸ਼ਨ ਨੂੰ ਸਟਾਰਟ ਕਰਾਓ, 20 ਤੋਂ 21 ਤਰੀਕ ਦੇ ਤਕਰੀਬਨ ਆਪਣੀ GIC ਪੇ ਕਰੋ, ਸੋ ਦੈਟ ਕਿ 23-24 ਤਰੀਕ ਤੱਕ ਸਾਨੂੰ ਸਰਟੀਫਿਕੇਟ ਮਿਲ ਜੇ, ਦੈਨ ਅਸੀਂ ਫਾਈਲ ਨੂੰ ਅਸੀਂ ਅੰਬੈਸੀ ਤੱਕ ਲਗਾ ਸਕੀਏ। ਸੋ 25 ਤਰੀਕ ਤੋਂ ਬਾਅਦ ਵਾਲੇ ਬੱਚੇ ਬਿਲਕੁਲ ਵੀ ਨਾ ਇਸ ਚੀਜ਼ ਨੂੰ ਸੋਚੋ ਕਿ ਬਹੁਤ ਜ਼ਿਆਦਾ ਟਾਈਮ ਹੈ, ਮੈਨੂੰ ਲੱਗਦਾ ਨਹੀਂ ਹੈਗਾ ਕਿ ਉਹਦੇ ਵਿੱਚ ਕੋਈ ਖਾਸਾ ਸਾਡੇ ਕੋਲ ਟਾਈਮ ਹੈਗਾ। ਸੋ ਲਿਮਿਟਡ ਜਿਹਾ ਟਾਈਮ ਹੈ ਕਿ ਜਦੋਂ ਵੀ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਇਨਫੋਰਮੇਸ਼ਨ ਮਿਲ ਰਹੀ ਹੈ, ਇਹਨੂੰ ਰਿਕਾਰਡ ਕਰ ਸਕਦੇ ਹੋ, ਆਪਣੇ ਪਰਿਵਾਰਕ ਮੈਂਬਰ ਫਰੈਂਡ ਸਰਕਲ ਦੇ ਵਿੱਚ ਸੈਂਡ ਕਰ ਸਕਦੇ ਹੋ, ਸੋ ਦੈਟ ਕਿ ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਲੈ ਕੇ ਆਪਣਾ 6.5-7 ਲੱਖ ਰੁਪਏ ਬਚਾ ਕੇ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕੋ। ਸੋ ਹੁਣ ਦੀਆਂ ਜਿੰਨੀਆਂ ਵੀ ਅਸੀਂ ਐਪਲੀਕੇਸ਼ਨ ਅੰਬੈਸੀ ਦੇ ਵਿੱਚ ਲਾਵਾਂਗੇ, ਸੋ ਪੋਜ਼ਿਟਿਵ ਵੇ ਨਾਲ ਪਰਮਾਤਮਾ ਦੀ ਮਿਹਰ ਨਾਲ ਜਨਵਰੀ ਤੱਕ ਤੁਹਾਨੂੰ ਵੀਜ਼ਾ ਗ੍ਰਾਂਟ ਕਰਵਾ ਕੇ ਦੇ ਦਾਂਗੇ ਜੀ। ਬਿਲਕੁਲ, ਤੁਸੀਂ ਜੇ ਕੈਨੇਡਾ ਜਾਣਾ ਤਾਂ ਬਿਲਕੁਲ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰੋ, ਓਮ ਗਲੋਬਲ ਦੇ ਕਿਸੇ ਵੀ ਨੇੜਲੇ ਆਫਿਸ ਦੇ ਪਹੁੰਚੋ, ਆਪਣੀ ਜਿਹੜੀ ਹੈ ਫਾਈਲ ਪ੍ਰੋਸੈਸ ਕਰਾਓ, ਆਫਰ ਲੈਟਰ ਹੈ ਜਿਵੇਂ ਸਰ ਨਾਲ ਗੱਲ ਕੀਤੀ ਹੈ, ਬਹੁਤ ਹੀ ਘੱਟ ਟਾਈਮ ਦੇ ਵਿੱਚ ਆਫਰ ਲੈਟਰ ਐ ਲੋਈ ਸਾਰਾ ਕੁਝ ਕਰਵਾ ਕੇ ਤੁਹਾਡੀ ਫਾਈਲ ਹੈ ਜਿਹੜੀ 31 ਦਸੰਬਰ ਤੋਂ ਪਹਿਲਾਂ ਜੇ ਬੈਸੀ ਵਿੱਚ ਪਹੁੰਚ ਜਾਂਦੀ ਹੈ ਤਾਂ ਜਿਹੜਾ GIC ਦਾ ਪੈਸਾ ਤੁਸੀਂ ਬਚਾ ਸਕਦੇ ਹੋ। ਭਾਜੀ ਇੱਕ ਤਾਂ ਆਪਾਂ ਹੁਣੇ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਕੈਨੇਡਾ ਜਾਓ, ਖਾਸ ਤੌਰ 'ਤੇ ਆਪਾਂ ਸੋਸ਼ਲ ਮੀਡੀਆ 'ਤੇ ਹੀ ਦੇਖਦੇ ਹਾਂ ਕੈਨੇਡਾ ਜਾਓ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਹੈ ਨਾ, ਵੀ ਇਹ ਬੈਨੀਫਿਟ ਹੈਗੇ ਆ, ਇੰਨੇ ਤੁਸੀਂ ਪੈਸੇ ਬਚਾ ਸਕਦੇ ਹੋ। ਪਰ ਦੂਜੇ ਪਾਸੇ ਇੱਕ ਵੀਡੀਓ ਕਦੇ ਕਦੇ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਡਰਾ ਵੀ ਦਿੰਦੀ ਹੈ ਵੀ ਕੈਨੇਡਾ ਵਿੱਚ ਕੰਮ ਨਹੀਂ ਹੈਗਾ, ਕੈਨੇਡਾ ਦੇ ਵਿੱਚ ਬਹੁਤ ਬੁਰਾ ਹਾਲ ਹੈ, ਉੱਥੇ ਪੜ੍ਹਾਈ ਲਈ ਨਾ ਆਓ, ਉੱਥੇ ਰਸ਼ ਬਹੁਤ ਜ਼ਿਆਦਾ ਹੋ ਗਿਆ। ਐਕਚੁਅਲ ਸਿਚੁਏਸ਼ਨ ਜਿਹੜੀ ਹੈਗੀ ਹੈ ਉੱਥੋਂ ਦੀ ਕਿਸ ਤਰ੍ਹਾਂ ਦੀ ਹੈਗੀ ਹੈ?
ਸੋ ਕਾਫੀ ਸਟੂਡੈਂਟ ਐਸੇ ਸੀਗੇ ਜਿਨ੍ਹਾਂ ਨੇ ਵੀਡੀਓ ਪਾਈ। ਸੋ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੇ ਕਿਸੇ ਨੇ 2-4-5 ਬੰਦਿਆਂ ਨੇ ਵੀਡੀਓ ਪਾ ਦਿੱਤੀ, ਸੋ ਉਹਦੇ 'ਤੇ ਬਿਲੀਵ ਨਾ ਕਰੋ। ਹੁਣ ਫਰਕ ਕੀ ਆ ਜਾਂਦਾ, ਉਦੋਂ ਡਿਮਾਂਡ ਇਹ ਹੁੰਦੀ ਸੀ ਭਾਜੀ ਜਾਣਾ ਹੈ ਤਾਂ ਸਰਕਾਰੀ ਕਾਲਜ 'ਚ ਜਾਣਾ, ਐਗਜ਼ਾਮਪਲ ਸ਼ੈਡਨ ਕਾਲਜ ਲਾ ਲਓ, ਕੋਨਸਟੋਗਾ ਕਾਲਜ ਲਾ ਲਓ, 5-5 ਦਿਨ ਬੱਚੇ ਨੂੰ ਪੜ੍ਹਾਉਂਦੇ ਨੇ। ਹੁਣ ਹਫ਼ਤੇ ਦੇ ਵਿੱਚ 5 ਦਿਨ ਜਿਹੜਾ ਬੱਚਾ ਪੜ੍ਹਦਾ ਪਿਆ, 6ਵਾਂ 7ਵਾਂ ਦਿਨ ਕਿਤੇ ਨਾ ਕਿਤੇ ਉਹਦਾ ਕੰਮ ਜਿਹੜਾ ਪੈਂਡਿੰਗ ਰਹਿ ਜਾਂਦਾ ਆਪਣੇ 6ਵੇਂ 7ਵੇਂ ਦਿਨ 'ਚ ਪੂਰਾ ਕਰਦਾ, ਬੱਚੇ ਨੂੰ ਕੰਮ ਕਰਨ ਨੂੰ ਟਾਈਮ ਹੀ ਨਹੀਂ ਮਿਲਦਾ। ਸੋ ਇਹ ਤਾਂ ਸਿਲੈਕਸ਼ਨ ਉਹ ਬੱਚਿਆਂ ਦੀ ਸੀਗੀ ਜਿਹੜਾ ਘਰੋਂ ਸੋਚ ਕੇ ਇਹੀ ਭਾਜੀ ਇਸੇ ਕਾਲਜ ਦੇ ਵਿੱਚ ਜਾਣਾ। ਸੋ ਜਿਹੜੇ ਬੱਚੇ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੈ, ਆਈ ਰਿਪੀਟ, ਰਿਕਾਰਡ ਕਰ ਲਓ ਇਸ ਚੀਜ਼ ਨੂੰ, ਜਿਹੜੇ ਤਾਂ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਆ, ਜਿਹਨਾਂ ਨੂੰ ਕੰਮ ਕਰਨ ਦੀ ਨੀਡ ਨਹੀਂ ਹੈਗੀ, ਉਹ ਕਿਸੇ ਵੀ ਕਾਲਜ ਸਰਕਾਰੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ, ਆਪਦੀ ਪੜ੍ਹਾਈ ਕਰੋ, ਘਰਦਿਆਂ ਕੋਲੋਂ ਪੈਸੇ ਮੰਗਵਾਓ, ਆਪਦਾ ਸਰਕਲ ਚਲਾਓ ਜਿੱਦਾਂ ਵੀ ਚਲਾਉਂਦੇ ਹੋ। ਬਟ ਦੂਜੀ ਸਾਈਡ 'ਤੇ ਐਸਾ ਸਟੂਡੈਂਟ ਹੈ ਜਿਹੜਾ ਕਰਜ਼ਾ ਚੱਕ ਕੇ ਆਇਆ, ਉਹਨੇ ਪੜ੍ਹਾਈ ਵੀ ਕਰਨੀ ਹੈ, ਉਹਨੇ ਕੰਮ ਵੀ ਕਰਨਾ ਹੈ। ਹੁਣ ਪੜ੍ਹਾਈ ਕਰ ਲਈ ਤੁਸੀਂ ਸਰਕਾਰੀ ਕਾਲਜ ਦੇ ਵਿੱਚ, 5 ਦਿਨ ਤੁਹਾਨੂੰ ਪੜ੍ਹਾਉਂਦਾ ਪਿਆ, ਤੁਹਾਨੂੰ 1.5-2 ਦਿਨ ਦੇ ਵਿੱਚ ਤੁਸੀਂ ਆਪਦੇ ਐਕਸਪੈਂਸਿਸ ਕਵਰ ਨਹੀਂ ਕਰ ਸਕਦੇ। ਸੋ ਐਸੇ ਬੱਚੇ ਨੇ ਤਾਂ ਕਹਿਣਾ ਹੀ ਹੈ ਭਾਅ ਜੀ ਕੰਮ ਨਹੀਂ ਹੈਗਾ। ਦੂਜੇ ਪਾਸੇ ਜਿਹੜਾ ਬੱਚਾ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹਨ ਗਿਆ ਸੀਗਾ, ਹੁਣ ਹਫ਼ਤੇ 'ਚ 2 ਦਿਨ ਉਹਦੀ ਪੜ੍ਹਾਈ ਹੁੰਦੀ ਹੈ, ਉਹਨੂੰ 5 ਦਿਨ ਭਾਅ ਜੀ ਮਿਲ ਜਾਂਦੇ ਕੰਮ ਕਰਨ ਵਾਸਤੇ, ਸੋ ਉਹ ਬੱਚਾ ਬਹੁਤ ਵਧੀਆ ਸਰਵਾਈਵ ਕਰਦਾ ਪਿਆ। ਸੋ ਐਸੀ ਵੀਡੀਓਜ਼ ਵੀ ਆਈਆਂ ਕਿ ਸਟੂਡੈਂਟ ਆਪ ਕਹਿੰਦੇ ਕਿ ਭਾਅ ਜੀ ਅਸੀਂ ਖੁਸ਼ ਹਾਂ, ਕੰਮ ਵੀ ਮਿਲਦਾ ਪਿਆ, ਸਰਵਾਈਵ ਵੀ ਸੋਹਣਾ ਹੁੰਦਾ ਪਿਆ, ਪੜ੍ਹਾਈ ਤੋਂ ਬਾਅਦ ਆਪਦੇ ਖਰਚੇ ਵੀ ਕਰਦੇ, ਘਰ ਵੀ ਪੈਸਾ ਭੇਜਦੇ ਪਏ ਆ। ਸੋ ਉਹ ਬੱਚਾ ਕਿਤੇ ਨਾ ਕਿਤੇ ਉਹ ਵੀ ਫਸਿਆ ਨਾਲ, ਉਹ ਕਹਿੰਦੇ ਨਾ ਕਿ ਆਟੇ ਦੇ ਨਾਲ ਤਾਂ ਘੁਣ ਵੀ ਭਾਅ ਜੀ ਪਿਸਦਾ ਹੀ ਪਿਸਦਾ। ਸੋ ਉਹ ਬੱਚਾ ਵੀ ਵਿੱਚ ਵਿੱਚ ਹੀ ਘਿਸਦਾ। ਸੋ ਜਿਹੜੇ ਸਟੂਡੈਂਟ ਐਸੇ ਨੇ ਚਾਹੁੰਦੇ ਨੇ ਕਿ ਅਸੀਂ ਕੰਮ ਵੀ ਕਰੀਏ, ਆਪਦੇ ਪੈਸੇ ਵੀ ਜੋੜ ਲਈਏ ਅਤੇ ਘਰ ਵੀ ਪੈਸੇ ਭੇਜ ਦਈਏ, ਸੋ ਕਿਤੇ ਨਾ ਕਿਤੇ ਰੁੱਖ ਥੋੜ੍ਹਾ ਜਿਹਾ ਤੁਹਾਨੂੰ ਪ੍ਰਾਈਵੇਟ ਵੱਲ ਵੀ ਕਰਨਾ ਪਏਗਾ, ਕਿਉਂਕਿ ਉਹ ਤੁਹਾਡੀ ਪੜ੍ਹਾਈ ਦੇ ਵਿੱਚ ਰਿਲੈਕਸੇਸ਼ਨ ਦਿੰਦਾ। ਸੋ 5 ਦਿਨ ਤੁਹਾਡੇ ਆਲਮੋਸਟ ਜਿਹੜੇ ਵੱਧ ਜਾਂਦੇ, ਉਹ 'ਚ ਤੁਸੀਂ ਆਪਦਾ ਕੰਮ ਵੀ ਕਰ ਸਕਦੇ ਹੋ। ਦੂਜੀ ਚੀਜ਼ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਜਿਹੜੇ ਰੂਲ ਅਪਡੇਟ ਕੀਤੇ ਨੇ, ਇਹਦੇ ਵਿੱਚ 20 ਘੰਟੇ ਜਿਹੜੇ ਪਰ ਵੀਕ ਦੇ ਮਿਲਦੇ ਸੀਗੇ ਉਹਨੂੰ ਵਧਾ ਕੇ 30 ਘੰਟੇ ਕਰ ਦਿੱਤਾ ਗਿਆ, ਜੋ ਕਿ ਇੱਕ ਚੰਗਾ ਇੱਕ ਪੋਜ਼ਿਟਿਵ ਸਾਈਨ ਹੈਗਾ। ਦੂਸਰੇ ਪਾਸੇ ਅਗਰ ਆਪਾਂ ਦੇਖਦੇ ਹਾਂ, ਤੁਸੀਂ ਕਹਿੰਦੇ ਹੋ ਕਿ ਇਹ GIC ਜਿਹੜੀ ਇੰਕਰੀਮੈਂਟ ਹੋਇਆ ਇਹਦੇ ਪਿੱਛੇ ਤਾਂ ਕਾਰਨ ਕੀ ਆ? ਬੈਕ ਅਗਰ ਥੋੜ੍ਹਾ ਜਿਹਾ ਆਪਾਂ ਜਾਂਦੇ ਹਾਂ, ਸੋ 10 ਅਗਸਤ ਦੀ ਅਪਡੇਟ ਆਉਂਦੀ ਸੀਗੀ ਕਿ ਰੂਲ ਦੇ ਵਿੱਚ ਚੇਂਜਸ ਆਉਣਗੇ। ਜਦੋਂ 10 ਅਗਸਤ ਆਈ, ਰੂਲ ਅਪਡੇਟ ਹੋਏ, ਉਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ 6 ਬੈਂਡ ਓਵਰਆਲ ਕਰ ਦਿੱਤੇ ਗਏ, ਜਿੱਥੇ 6 ਈਚ ਮੰਗੇ ਜਾਂਦੇ ਸੀਗੇ। ਉਹਦੇ ਪਿੱਛੇ ਵੀ ਕਾਰਨ ਸੀਗਾ, ਅੱਜ ਐਡ ਪ੍ਰਮੋਸ਼ਨ ਹਰ ਇੱਕ ਏਜੰਟ ਕਰ ਰਿਹਾ, ਇਨਫੋਰਮੇਸ਼ਨ ਹਰ ਇੱਕ ਏਜੰਟ ਦੇ ਰਿਹਾ ਕਿ ਰੂਲ ਚੇਂਜ ਹੋ ਗਏ, GIC ਜਿਹੜੀ ਹੈ 10,200 ਤੋਂ ਡਬਲ ਹੋ ਗਈ। ਬਟ ਉਹਦੇ ਪਿੱਛੇ ਤਾਂ ਕਿਸੇ ਨੇ ਕਾਰਨ ਨਹੀਂ ਦੱਸਿਆ। ਸਟੂਡੈਂਟ ਵੀ ਜਾਣਨਾ ਚਾਹੁੰਦੇ, ਉਹਦੇ ਪਰਿਵਾਰਕ ਮੈਂਬਰ ਵੀ ਜਾਣਨਾ ਚਾਹੁੰਦੇ ਕਿ ਕੀ ਕਾਰਨ ਹੈ ਇਹਦੇ ਵਿੱਚ, ਜਿਹੜੇ ਇੰਨਾ ਫੇਰਬਦਲ ਆਇਆ, ਚੇਂਜਸ ਆਏ। ਸੋ ਥੋੜ੍ਹਾ ਜਿਹਾ ਅਗਰ ਆਪਾਂ ਬੈਕ ਜਾਂਦੇ ਹਾਂ, 2023 ਸਟਾਰਟਿੰਗ ਦੇ ਵਿੱਚ ਇੱਕ ਅਨਾਊਂਸਮੈਂਟ ਹੋ ਜਾਂਦੀ ਹੈ ਜੀ, ਰੂਲ ਦੇ ਵਿੱਚ ਅਪਡੇਸ਼ਨ ਆਏਗੀ, ਉਹ 10 ਅਗਸਤ ਦੇ ਵਿੱਚ ਕੀਤੀ ਜਾਏਗੀ। ਸੋ 10 ਅਗਸਤ ਦੇ ਵਿੱਚ ਰੂਲ ਚੇਂਜ ਕਰਨ ਦਾ ਕਾਰਨ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਟੀਚਾ ਮਿਥਿਆ ਸੀਗਾ ਕਿ 9 ਲੱਖ ਸਟੂਡੈਂਟ ਅਸੀਂ ਇਨਵਾਈਟ ਕਰਾਂਗੇ ਇਸ ਵਾਰ, ਕਿ 9 ਲੱਖ ਇਮੀਗ੍ਰੈਂਟ ਸਾਨੂੰ ਚਾਹੀਦੇ ਆ ਜਿਹੜੇ ਕਿ ਇੱਥੇ ਆਉਣ, ਕੈਨੇਡਾ ਦਾ ਸਰਕਲ ਚਲਾਉਣ। ਹੁਣ 9 ਲੱਖ ਸਟੂਡੈਂਟ ਬੁਲਾਉਣ ਵਾਸਤੇ ਇਹਨਾਂ ਨੂੰ ਆਇਲਸ ਦੀ ਰਿਕੁਆਇਰਮੈਂਟ 6 ਈਚ ਦੇ ਨਾਲ, ਉਹ 9 ਲੱਖ ਦਾ ਟੀਚਾ ਇਹਨਾਂ ਦਾ ਪੂਰਾ ਨਹੀਂ ਹੋਣਾ ਸੀਗਾ, ਜਿਹਦੇ ਕਰਕੇ ਇਹਨਾਂ ਨੇ ਰਿਕੁਆਇਰਮੈਂਟ ਨੂੰ ਥੋੜ੍ਹਾ ਜਿਹਾ ਡਾਊਨ ਕੀਤਾ। ਸੋ ਇੰਡਸਟਰੀ ਦੇ ਵਿੱਚ ਅੱਜ ਤੱਕ, ਮਤਲਬ 2011 ਤੋਂ ਵਰਕਿੰਗ ਆ ਮੈਂ, ਕਦੀ ਨਹੀਂ ਦੇਖਿਆ ਕਿ ਰੂਲ ਦੇ ਵਿੱਚ ਰਿਲੈਕਸੇਸ਼ਨ ਆਈ ਹੈ, ਹਮੇਸ਼ਾ ਸਟ੍ਰਿਕਨੈਸ ਵਧੀ ਹੈ, ਰੂਲਸ ਦਾ ਵਧਣ ਦਾ ਲੈਵਲ ਵਧਿਆ। ਬਟ ਇਸ ਵਾਰੀ ਡਾਊਨ ਆਇਆ, ਉਹਦਾ ਕਾਰਨ ਖਾਸ ਇਹੀ ਸੀਗਾ ਜਦੋਂ ਆਪਾਂ ਸ਼ੋਅ ਵੀ ਕੀਤਾ ਸੀਗਾ 11 ਅਗਸਤ ਨੂੰ, ਸੋ ਮੰਚ ਦੇ ਉੱਤੇ ਮੈਂ ਕਿਹਾ ਸੀਗਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੀਜ਼ਾਸ ਗ੍ਰਾਂਟ ਹੋਣਗੇ। ਰਿਕੁਆਇਰਮੈਂਟ ਡਾਊਨ ਕੀਤੀ ਸੋ ਦੈਟ ਕਿ ਵੀਜ਼ਾ ਜਿਹੜੇ ਵੀਜ਼ਾ ਦਾ ਸਰਕਲ ਵੱਧ ਸਕੇ, ਬਹੁਤ ਵੱਡੇ ਪੱਧਰ ਦੇ ਵੀਜ਼ੇ ਗ੍ਰਾਂਟ ਹੋਏ ਆ। ਸੋ 10 ਅਗਸਤ ਤੋਂ ਬਾਅਦ ਅਗਰ ਅੱਜ ਦੀ ਵੀ ਗੱਲ ਕਰਦਾ ਵਾਂ ਮੈਂ, 2 ਚ 5.5 ਨਾਲ ਵੀਜ਼ਾ ਲਿਆ, 3 ਚ 5.5 ਨਾਲ ਵੀਜ਼ਾ ਲਿਆ, 1 ਚ 5 ਬੈਂਡ ਨਾਲ ਵੀ ਵੀਜ਼ਾ ਲਿਆ, ਔਰ 4.5 ਵੀ 1 ਦੇ ਵਿੱਚ ਵੀਜ਼ਾ ਲਿਆ ਸੀ। ਸੋ PT ਵਾਲੇ ਬੱਚਿਆਂ ਦਾ ਵੀ ਵੀਜ਼ਾ ਗ੍ਰਾਂਟ ਹੋਇਆ। ਵੀਜ਼ਾ ਰਿਫਿਊਜ਼ਲ ਕੋਈ ਵੀ ਦੇਖਣ ਨੂੰ ਨਹੀਂ ਮਿਲੀ, ਅਗਰ ਕੋਈ ਬੱਚਾ ਰਿਜੈਕਟ ਹੋਇਆ, ਸਵੇਰੇ ਉਹਦੀ ਫਾਈਲ ਲਈ ਹੈ, ਸ਼ਾਮੀ ਉਹਦਾ ਵੀਜ਼ਾ ਗ੍ਰਾਂਟ ਹੋ ਗਿਆ ਹੈ, ਮਤਲਬ ਹਜੇ ਤੱਕ ਦੇ ਆਲਮੋਸਟ ਸਾਰੇ ਵੀਜ਼ਾ ਗ੍ਰਾਂਟ ਹੁੰਦੇ ਪਏ ਸੀ। ਹੁਣ ਤੁਸੀਂ ਸਵਾਲ ਕੀਤਾ ਸੀਗਾ ਕਿ ਸਟੂਡੈਂਟ ਨੇ ਵੀਡੀਓ ਪਾਈ ਹੈ ਕਿ ਭਾਜੀ ਸਾਡਾ ਸਰਵਾਈਵ ਕਰਨਾ ਔਖਾ ਹੈ, ਸੋ ਜੋ ਗਵਰਨਮੈਂਟ ਨੂੰ ਸਮਝ ਆਉਂਦੀ ਕਿ $10,200 ਇਹਨਾਂ ਦੇ ਲਿਵਿੰਗ ਐਕਸਪੈਂਸਿਸ ਸੀਗੇ ਜਿਹਦੇ ਵਿੱਚ ਬੱਚਾ ਸਰਵਾਈਵ ਨਹੀਂ ਕਰ ਪਾ ਰਿਹਾ,
ਸੋ ਇਹ ਗੱਲ ਕਹਿੰਦੇ ਕਿ ਆਪਦੀ ਜੀ ਆਈ ਸੀ ਜਿਹੜੀ ਆ ਉਹਨੂੰ ਇਨਕਰੀਜ਼ ਕੀਤਾ ਜਾਵੇ ਕਿ ਜਿੱਥੇ 10,000 'ਚ ਬੱਚੇ ਕੋਲ ਸਰਵਾਈਵ ਨਹੀਂ ਹੁੰਦਾ ਸੀਗਾ 20,625 ਕਰਤਾ ਕਿ ਐਕਸਟਰਾ ਪੈਸਾ ਬੱਚੇ ਦੇ ਕੋਲ ਹੋਏਗਾ ਸਰਵਾਈਵ ਕਰਨਾ ਥੋੜ੍ਹਾ ਜਿਹਾ ਉਹਦੇ ਲਈ ਈਜ਼ੀ ਹੋ ਜਾਵੇਗਾ ਹੋਰ ਕੋਈ ਖਾਸ ਇਹਦੇ ਵਿੱਚ ਚੇਂਜਸ ਨਹੀਂ ਹੈ। ਦੂਜੀ ਗੱਲ ਅਗਰ ਆਪਾਂ ਇਹ ਕਹਿੰਦੇ ਹਾਂ $20,625 ਜਿਹੜਾ ਬੱਚੇ ਦੇ ਖਾਤੇ 'ਚ ਰਹਿਣਾ ਬੱਚਾ ਉਹਨੂੰ ਯੂਜ਼ ਕਰ ਸਕਦਾ, ਬਟ ਜਿਹੜਾ ਬੰਦਾ ਇੱਥੋਂ ਪੈਸਾ ਅਰੇਂਜ ਕਰਨਾ ਜਿਹਦੇ ਲਈ ਟਫ ਹੈ ਉਹ ਬੱਚਾ ਬਿਲਕੁਲ ਵੀ ਦੇਰ ਨਾ ਕਰੇ, ਨਾਲ ਦੇ ਨਾਲ ਹੀ ਐਪਲੀਕੇਸ਼ਨ ਆਪਣੀ ਕਰਾਓ। 2 ਦਿਨ 'ਚ ਫਾਈਲ ਅੰਬੈਸੀ ਦੇ ਵਿੱਚ ਲਾਵਾਂਗੇ। ਈਵਨ ਸਾਡੀ ਟੀਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ, ਲੇਟ ਨਾਈਟ ਵਰਕਿੰਗ ਹੋ ਰਹੀ ਹੈ ਸਾਡੀ ਸਾਰੀਆਂ ਬ੍ਰਾਂਚਸ ਜਿਹੜੀ ਹੈ ਡੈਡੀਕੇਸ਼ਨ ਤੋਂ ਇਸ ਚੀਜ਼ ਦੇ ਵਿੱਚ ਮੈਂ ਬਹੁਤ ਖੁਸ਼ ਹਾਂ। ਸਾਰੇ ਸਟੂਡੈਂਟਸ ਦੀ ਹੈਲਪ ਕਰਨਾ ਚਾਹੁੰਦੇ ਨੇ, ਸੋ ਜਦੋਂ ਮੀਟਿੰਗ ਵੀ ਹੁੰਦੀ ਹੈ ਸਾਡੀ ਸਾਰੇ ਕਹਿੰਦੇ ਕਿ ਸਰ ਜਿਹੜੇ ਵੀ ਫਾਈਨੈਂਸ਼ੀਅਲੀ ਬੈਕਗਰਾਊਂਡ ਜਿਨ੍ਹਾਂ ਦਾ ਵਧੀਆ ਨਹੀਂ ਹੈਗਾ ਅਸੀਂ ਇੱਦਾਂ ਕਰਦੇ ਹਾਂ ਕਿ ਸੰਡੇ ਵੀ ਤੁਹਾਡੇ ਨਾਲ ਅਸੀਂ ਵਰਕ ਕਰਾਂਗੇ, ਸੋ ਦੈਟ ਕਿ ਜਿਹੜਾ ਗਰੀਬ ਪਰਿਵਾਰ ਆ ਜਾਂ ਜਿਹੜਾ ਅਰੇਂਜ ਕਰਕੇ ਪੈਸੇ ਲਾਈਕ ਬਾਹਰ ਜਾਣਾ ਚਾਹੁੰਦਾ ਉਹਦਾ ਸੁਪਨਾ ਪੂਰਾ ਹੋ ਸਕੇ। ਸੋ ਇਸ ਕਰਕੇ ਸਾਡੀ ਟੀਮ ਕੰਟੀਨਿਊਸਲੀ ਇਸ ਚੀਜ਼ ਦੇ ਉੱਤੇ ਵਰਕਿੰਗ ਕਰ ਰਹੀ ਹੈ ਅਤੇ ਜਿਹੜੇ ਬੱਚੇ ਦਾ ਫਾਈਨੈਂਸ਼ੀਅਲ ਬੈਕਗਰਾਊਂਡ ਬਹੁਤ ਸੋਹਣਾ ਹੈ ਉਹਦੇ ਲਈ ਮੈਟਰ ਨਹੀਂ ਕਰੇਗਾ, ਜਦੋਂ ਮਰਜ਼ੀ ਫਾਈਲ ਲਾ ਸਕਦੇ ਹੋ। ਬਟ ਜੇ ਤੁਸੀਂ $10,200 ਜੀ ਆਈ ਸੀ ਪੇ ਕਰਕੇ ਜਾਣਾ ਚਾਹੁੰਦੇ ਹੋ ਤਾਂ ਮੈਂ ਕੱਲ੍ਹ ਜਾਂ ਪਰਸੋਂ ਦੀ ਤੁਹਾਨੂੰ ਵੇਟ ਨਹੀਂ ਕਰਾਊਂਗਾ, ਨਾਲ ਦੇ ਨਾਲ ਹੀ ਜਦੋਂ ਵੀ ਸਾਡੀ ਵੀਡੀਓ ਤੁਸੀਂ ਦੇਖਦੇ ਹੋ ਸਾਡੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਜਾਓ, ਅਪੁਆਇੰਟਮੈਂਟ ਲੈ ਕੇ ਜਾਣਾ ਚਾਹੁੰਦੇ ਅਪੁਆਇੰਟਮੈਂਟ ਲੈ ਕੇ ਜਾਓ, ਸੈਲਫ ਤੁਸੀਂ ਜਾਣਾ ਚਾਹੁੰਦੇ ਹੋ ਸਿੱਧਾ ਹੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਾਡੀ ਟੀਮ ਨੂੰ ਮੌਕੇ 'ਤੇ ਮਿਲ ਸਕਦੇ, ਆਪਦੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਉਹ ਤੁਹਾਡੇ ਤੋਂ ਜ਼ਿਆਦਾ ਸਿਆਣੇ, ਤੁਹਾਡੇ ਮਾਂ ਪਿਓ, ਤੁਹਾਡੇ ਵੱਡੇ ਭੈਣ ਭਰਾ ਜ਼ਿਆਦਾ ਦੁਨੀਆ ਦੇਖੀ ਹੈ, ਸੋ ਉਹ ਚੰਗਾ ਤੁਹਾਨੂੰ ਦੱਸ ਸਕਣਗੇ। ਸਾਡੀ ਕੈਨੇਡਾ ਐਕਸਪਰਟ ਟੀਮ ਨੂੰ ਤੁਸੀਂ ਮਿਲ ਕੇ ਉਸੇ ਟਾਈਮ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੋ, ਸੋ ਦੈਟ ਕਿ 2 ਦਿਨ 'ਚ ਤੁਹਾਡੀ ਫਾਈਲ ਲਾ ਕੇ ਜਨਵਰੀ ਤੱਕ ਤੁਹਾਨੂੰ ਵੀਜ਼ਾ ਲੈ ਕੇ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕੀਏ। ਬਿਲਕੁਲ, ਜਿਹੜੇ ਸਾਡੇ ਦਰਸ਼ਕ ਸ਼ੋਅ ਦੇਖ ਰਹੇ ਆ ਉਹਨਾਂ ਲਈ ਬਹੁਤ ਹੀ ਵਧੀਆ ਇਨਫੋਰਮੇਸ਼ਨ ਹੈਗੀ ਹੈ। ਪਿਛਲੇ 2-4 ਦਿਨਾਂ ਤੋਂ ਸਟੂਡੈਂਟ ਡਰੇ ਹੋਏ ਸੀਗੇ, ਸਾਨੂੰ ਵੀ ਲਗਾਤਾਰ ਕਮੈਂਟਸ ਔਰ ਮੈਸੇਜ ਆ ਰਹੇ ਆ ਕਿ ਜਿਹੜਾ ਜੀ ਆਈ ਸੀ ਹੈ ਡਬਲ ਹੋ ਚੁੱਕਾ ਹੈ ਤਕਰੀਬਨ, ਵੀ ਕਿਸ ਤਰ੍ਹਾਂ ਦੇ ਨਾਲ ਅੱਗੇ ਸਰਵਾਈਵ ਕੀਤਾ ਜਾਊ। ਜਿਵੇਂ ਭਾਈ ਨੇ ਦੱਸਿਆ ਤਕਰੀਬਨ ਪਹਿਲਾਂ 15-18 ਲੱਖ ਅਤੇ ਹੁਣ ਹੋ ਸਕਦਾ 25 ਲੱਖ ਤੱਕ ਵੀ ਤੁਸੀਂ ਜਿਹੜਾ ਕੈਨੇਡਾ ਦੀ ਸਟੱਡੀ ਜਿਹੜੀ ਹੈ ਕਰੋ। ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਸੀਗੀ, ਪਰ ਨਾਲ ਦੀ ਨਾਲ ਓਮ ਗਲੋਬਲ ਵੱਲੋਂ ਇੱਕ ਸਟੂਡੈਂਟ ਦੇ ਬੈਨੀਫਿਟ ਲਈ ਇੱਕ ਔਫਰ ਦਿੱਤਾ ਗਿਆ ਕਿ ਤੁਸੀਂ ਜੇ 31 ਦਸੰਬਰ ਤੋਂ ਪਹਿਲਾਂ ਜਿਸ ਆਪਣੀ ਫਾਈਲ ਹੈ ਜਿਹੜੀ ਅੰਬੈਸੀ ਦੇ ਵਿੱਚ ਪਹੁੰਚਾ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਜੀ ਆਈ ਸੀ ਬਚ ਸਕਦਾ। ਔਰ ਇਸ ਦੇ ਨਾਲ ਹੀ ਓਮ ਗਲੋਬਲ ਦੀ ਜਿਹੜੀ ਪੂਰੀ ਐਕਸਪਰਟ ਟੀਮ ਹੈਗੀ ਆ, ਸੰਡੇ ਵੀ ਆਫਿਸ ਓਪਨ ਹੈ, ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਐਤਵਾਰ ਦੇ ਦਿਨ ਵੀ ਮਿਲ ਸਕਦੇ ਹੋ ਔਰ ਪੂਰੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਕੈਨੇਡਾ ਸਟੱਡੀ ਵੀਜ਼ੇ ਬਾਰੇ, ਔਰ ਤੁਸੀਂ ਆਪਣਾ ਵਧੀਆ ਪੈਸਾ ਵੀ ਹੈ ਜਿਹੜਾ ਬਚਾ ਸਕਦੇ ਹੋ ਤਾਂ ਜੋ ਤੁਸੀਂ ਹੋਰ ਕੋਈ ਕਿਤੇ ਜਿਵੇਂ ਐਕਸਟਰਾ ਜਿਹੜੇ ਖਰਚੇ ਨੇ ਉਹਨਾਂ ਤੋਂ ਬਚ ਸਕੋ ਜਿਹੜੇ ਆਉਣ ਵਾਲੇ ਟਾਈਮ 2024 ਦੇ ਵਿੱਚ ਤੁਹਾਡੇ ਉੱਤੇ ਪੈਣ ਵਾਲੇ ਨੇ। ਸਰ ਇਸ ਤੋਂ ਇਲਾਵਾ ਜੇ ਆਪਾਂ ਅਗਲੇ ਸੈਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਹੁਣੇ ਕਿਹਾ ਵੀ ਜੇ ਕਿਸੇ ਕੋਲ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਉਹ ਕਿਸੇ ਵੀ ਟਾਈਮ ਇਨਵਾਈਟ ਕਰ ਸਕਦਾ, ਅਪਲਾਈ ਕਰ ਸਕਦਾ, ਪਰ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦਾ ਟਾਈਮ ਰਹੂਗਾ ਤੁਹਾਡੇ ਹਿਸਾਬ ਨਾਲ 2 ਸਤੰਬਰ ਇਨਟੇਕ ਜਾਂ ਮਈ ਇਨਟੇਕ ਦੇ ਵਿੱਚ ਵੀਜ਼ਾ ਸਕਸੈਸ ਰੇਟ ਜਾਂ ਕਿਸ ਤਰ੍ਹਾਂ ਦਾ ਰਹਿਣ ਵਾਲਾ ਆਉਣ ਵਾਲਾ 2024 ਕੈਨੇਡਾ ਸਟੱਡੀ ਵੀਜ਼ਾ ਦੇ? ਦੇਖੋ ਜਦੋਂ 10 ਅਗਸਤ ਦੇ ਰੂਲ ਅਪਡੇਟ ਹੋਏ ਸੀ ਕਿ ਕਾਫੀ ਲੋਕਾਂ ਨੂੰ ਹਜੇ ਵੀ ਕਨਫਿਊਜ਼ਨ ਸੀ ਕਿ ਮਤਲਬ ਰੂਲ ਅਪਡੇਟ ਦੇ ਉੱਤੇ ਕਹਿ ਦਿੱਤਾ ਗਿਆ ਬਟ ਕਾਲਜਿਸ ਜਿਹੜੇ 6 ਈਚ ਹੀ ਲਊਗੇ, ਵੀਜ਼ੇ ਨਹੀਂ ਲੱਗਣੇ ਇਹਦੇ ਵਿੱਚ, ਸੋ ਅਸੀਂ ਫਾਈਲ ਜਿਹੜੀਆਂ ਪਹਿਲਾਂ ਹੀ ਲੈਣੀਆਂ ਸਟਾਰਟ ਕਰ ਦਿੱਤੀਆਂ ਸੀਗੀਆਂ। ਸੋ ਅੱਜ ਵੀ ਮੈਨੂੰ ਯਾਦ ਹੈ ਕਿ 13 ਅਗਸਤ ਨੂੰ ਵੀਜ਼ਾ ਗ੍ਰਾਂਟ ਹੋਇਆ ਸੀਗਾ ਸਾਡਾ, ਇੱਕੋ ਦਿਨ 'ਚ 4 ਵੀਜ਼ੇ ਆਏ ਸੀਗੇ ਜਿਹਦੇ ਵਿੱਚ 2 ਬੱਚੇ ਐਸੇ ਸੀ ਜਿਨ੍ਹਾਂ ਦੇ 5.5-5 ਬੈਂਡ ਸੀਗੇ, 2 ਬੱਚੇ ਐਸੇ ਸੀਗੇ ਜਿਹਦੇ 3 'ਚੋਂ 5.5 ਬੈਂਡ ਸੀਗੇ, ਸੋ ਉਹ ਵੀਜ਼ੇ ਹਾਸਲ ਕੀਤੇ ਆ ਸੇਮ ਐਜ਼ ਇਟ ਇਜ਼। ਜਿਹੜਾ 9 ਲੱਖ ਦਾ ਟੀਚਾ ਕੈਨੇਡੀਅਨ ਗਵਰਨਮੈਂਟ ਨੇ ਲਿਆ ਸੀਗਾ, ਹਜੇ 2.25 ਲੱਖ ਵੀਜ਼ਾ ਜਿਹੜੇ ਆ ਉਹਨਾਂ ਦੀ ਉਹਦੇ ਰੈਕਡ ਜਿਹੜੇ ਅਸੀਂ ਦੇਖੇ ਆ ਕਿ 2.25 ਲੱਖ ਹਜੇ ਤੱਕ ਰਿਸੀਵ ਹੋਏ ਨੇ, ਸੋ 7-7.5 ਲੱਖ ਆਲਮੋਸਟ ਅਜੇ ਵੀਜ਼ਾ ਪਿਆ।
ਨੋਟ ਕਰ ਲਓ ਕਿ ਆਉਣ ਵਾਲਾ ਜਿਹੜਾ 2024 ਆ, ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਦੋ ਮੈਂਬਰ ਜ਼ਰੂਰ ਕੈਨੇਡਾ ਜਾਣਗੇ। ਇਸ ਹੱਦ ਤੱਕ ਕੈਨੇਡਾ ਜਿਹੜਾ ਵੀਜ਼ਾ ਗ੍ਰਾਂਟ ਕਰੇਗਾ। ਸੋ ਰਿਲੈਕਸੇਸ਼ਨ ਵੀ ਬਹੁਤ ਹੱਦ ਤੱਕ ਦਿੱਤੀ ਹੈ। ਤੁਸੀਂ ਗੱਲ ਕੀਤੀ ਸੀਗੀ ਸਟੂਡੈਂਟ ਦਾ ਸਰਵਾਈਵਲ ਨੂੰ ਲੈ ਕੇ, ਸੋ ਕੈਨੇਡੀਅਨ ਗਵਰਨਮੈਂਟ ਦੀ ਜਦੋਂ ਇਹ ਅਪਡੇਟ ਆਉਂਦੀ ਹੈ, ਸੋ ਉਹਨਾਂ ਦਾ ਸੈਸ਼ਨ ਦੇ ਵਿੱਚ ਮੈਂ ਵੀ ਸੀਗਾ, ਅਵੇਲੇਬਲ ਸੀਗਾ। ਸੋ ਉਹਦੇ ਵਿੱਚ ਇੱਕ ਚੀਜ਼ ਦੇਖੀ ਸੀਗੀ ਕਿ ਉਹ ਕਹਿੰਦੇ ਕਿ ਸਾਡੇ ਕੋਲ ਰੈਕਡ ਹੈ ਬੱਚਿਆਂ ਦਾ ਕਿ 80% ਸਟੂਡੈਂਟ ਜਿਹੜਾ ਮੋਰ ਦੈਨ 20 ਆਰ ਜਿਹੜਾ ਕੰਮ ਕਰ ਰਿਹਾ। ਸੋ ਇਸ ਚੀਜ਼ ਨੂੰ ਵਧਾਉਂਦੇ ਉਹਨਾਂ ਨੇ 30 ਆਰਸ ਕਰਤਾ। ਕੈਨੇਡਾ ਹਰ ਪਾਸੇ ਰਿਲੈਕਸੇਸ਼ਨ ਦੇ ਰਿਹਾ। ਬੈਂਡ ਸਕੋਰ ਜਿਹਦੇ 6 ਸੀ ਚ ਨਹੀਂ ਸੀਗੇ ਉਹਨੂੰ ਅੱਜ ਵੀਜ਼ਾ ਮਿਲਦਾ ਪਿਆ। ਪਲੱਸ 2 ਬੇਸ 'ਤੇ ਜਿਹੜਾ ਸਪਾਊਸ ਲਾਉਣਾ ਚਾਹੁੰਦਾ ਸੀ ਉਹਨੂੰ ਵੀਜ਼ਾ ਮਿਲ ਰਿਹਾ। ਸਪਾਊਸ ਜਾਂ ਪਰਿਵਾਰਕ ਮੈਂਬਰਾਂ ਦੇ ਨਾਲ ਵਿਦ ਕਿਡ ਅਪਲਾਈ ਕਰਨਾ ਚਾਹੁੰਦੇ ਸੀ ਉਹਨੂੰ ਵੀਜ਼ਾ ਮਿਲ ਰਿਹਾ। 10-10 ਵਾਰੀ ਬੱਚਾ ਰਿਫਿਊਜ਼ ਆ ਉਹਨੂੰ ਅੱਜ ਕੈਨੇਡਾ ਵੀਜ਼ਾ ਦੇ ਰਿਹਾ। ਸੋ ਫੀ ਆਫਟਰ ਵੀਜ਼ਾ ਆਪਸ਼ਨਸ ਵੀ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ। ਸੋ ਜਿਹੜੇ ਵੀ ਸਟੂਡੈਂਟ ਨੇ ਚਾਹੇ ਆਸਟ੍ਰੇਲੀਆ ਤੋਂ ਆਪਣੀ ਫਾਈਲ ਫਸਾਈ ਹੈ, GT ਅਪਰੂਵ ਨਹੀਂ ਹੋਈ, 6-6, 8-8 ਮਹੀਨੇ ਹੋ ਗਏ, ਜਾਂ UK ਤੋਂ ਰਿਫਿਊਜ਼ ਹੋ, US ਤੋਂ ਰਿਫਿਊਜ਼ ਹੋ, ਚਾਹੇ ਕੈਨੇਡਾ ਤੋਂ ਵੀ 10-15 ਵਾਰ ਰਿਫਿਊਜ਼ ਹੋ, ਅੱਜ ਓਮ ਗਲੋਬਲ ਤੁਹਾਡੀ ਐਪਲੀਕੇਸ਼ਨ ਕਰੇਗਾ ਬਿਨਾਂ ਕਿਸੇ ਨਿੱਕੇ ਪੈਸੇ ਦੇ ਰਿਸਕ ਨਾਲ। ਸੋ ਕਾਫੀ ਸਟੂਡੈਂਟ ਐਸੇ ਵੀ ਹੈ ਜਿਹੜੇ 5-5, 6-6 ਲੱਖ ਰੁਪਏ ਆਪਦਾ ਬਰਬਾਦ ਕਰ ਚੁੱਕੇ ਹੈ। ਸੋ ਸਾਡੀ ਟੀਮ ਨੂੰ ਤੁਸੀਂ ਮਿਲ ਸਕਦੇ ਹੋ, ਕੋਈ ਨਿੱਕਾ ਪੈਸਾ ਤੁਹਾਡੇ ਕੋਲ ਨਹੀਂ ਲਿਆ ਜਾਏਗਾ। ਸਾਰੇ ਪੈਸੇ ਉਦੋਂ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਲਵਾ ਦਾਂਗੇ। ਫਿਰ ਚਾਹੇ ਪਲੱਸ 2 ਬੇਸ 'ਤੇ ਹੈ, ਗ੍ਰੈਜੂਏਸ਼ਨ ਆ, ਜਾਂ ਮਾਸਟਰ ਬੇਸ ਦੇ ਉੱਤੇ ਫਾਈਲ ਆ ਰਹੇ ਹੋ, ਤੁਹਾਡਾ 1 ਕਿੱਡ ਹੈ, 2 ਕਿੱਡ ਹੈ, ਜਾਂ ਸਿੰਗਲ ਫਾਈਲ ਕਰਨਾ ਚਾਹੁੰਦੇ ਹੋ, ਸਾਰੇ ਹੀ ਵੇ ਹੈ ਸਾਡੇ ਕੋਲ ਕੈਨੇਡਾ ਵੀਜ਼ਾ ਲਵਾਉਣ ਦੇ। ਸੋ ਦੇਰੀ ਨਾ ਕਰੋ, ਆਪਦੇ ਡਾਕੂਮੈਂਟ ਚੱਕੋ, ਸਾਡੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਆਓ, ਐਕਸਪਰਟ ਟੀਮ ਨੂੰ ਮਿਲ ਕੇ ਆਪਦਾ ਕੇਸ ਸਟਾਰਟ ਕਰੋ ਅਤੇ ਕੈਨੇਡਾ ਜਾਣ ਦਾ ਆਪਦਾ ਸੁਪਨਾ ਸਾਕਾਰ ਕਰੋ। ਬਿਲਕੁਲ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਇਨਫੋਰਮੇਸ਼ਨ ਹੈ ਤੁਹਾਨੂੰ ਪਸੰਦ ਆਈ ਹੋਊਗੀ ਸਾਰੀ। ਮੈਂ ਇੱਕ ਵਾਰੀ ਫਿਰ ਵੀ ਤੁਹਾਨੂੰ ਜੋ ਸਰ ਨੇ ਬੋਲਿਆ ਦੁਬਾਰਾ ਰਿਪੀਟ ਕਰ ਦੇਣਾ, ਜੇਕਰ ਤੁਹਾਡੇ 5.5 ਬੈਂਡ ਨੇ ਕਿਸੇ ਇੱਕ ਮੋਡਿਊਲ ਦੇ ਵਿੱਚ, 2 'ਚ 5.5 ਨੇ, ਓਵਰਆਲ 6 ਬੈਂਡ ਨੇ, ਤੁਸੀਂ PT ਕੀਤੀ ਹੋਈ ਹੈ, ਤੁਹਾਡੇ 60 ਸਕੋਰ ਹੈਗੇ ਹੈ, ਟੋਫਲ ਕੀਤਾ ਹੋਇਆ 83 ਹੈਗੇ ਆ, ਤਾਂ ਤੁਸੀਂ ਕਿਸੇ ਵੀ ਓਮ ਗਲੋਬਲ ਦੀ ਨੇੜਲੀ ਬ੍ਰਾਂਚ ਦੇ ਵਿੱਚ ਪਹੁੰਚ ਕੇ, ਜਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸ਼ੋਅ ਤੋਂ ਬਾਅਦ, ਜਾਂ ਕਦੇ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ, ਔਰ ਵੱਡੇ ਫਾਇਦੇ ਆ ਜਿਹੜੇ ਆਪਣੇ ਕਰ ਸਕਦੇ ਹੋ। ਨਾਲ ਦੀ ਨਾਲ ਜਨਵਰੀ ਇਨਟੇਕ ਤੁਹਾਨੂੰ ਮਿਲੂਗਾ, ਯਾਨੀ ਕਿ ਤੁਹਾਡਾ ਸਮਾਂ ਵੀ ਬਹੁਤ ਜ਼ਿਆਦਾ ਬਚੂਗਾ ਔਰ ਪੈਸਾ ਵੀ ਬਚੂਗਾ। ਤੁਹਾਡਾ ਜਿਵੇਂ ਜਿੰਨਾ ਸਤੰਬਰ ਜਾਂ ਮਈ ਦੇ ਲਈ ਪਲਾਨ ਕਰ ਰਹੇ ਸੀਗੇ, ਤੁਹਾਡਾ 6 ਮੰਥ ਜਿਹੜੇ ਹੈਗੇ ਉਹ ਵੀ ਬਚ ਸਕਦੇ ਆ। ਉੱਥੇ ਕੱਲ੍ਹ ਨੂੰ ਤੁਸੀਂ PR ਕਰ ਰਹੀ ਆ, ਹੋਰ ਜੋ ਵੀ ਤੁਸੀਂ ਕਰਨਾ ਹੈ, ਤਾਂ ਉਸ ਦੇ ਵਿੱਚ ਤੁਹਾਡੇ ਸਹਾਇਕ ਸਿੱਧ ਹੋਊਗਾ। ਰਿੱਕੀ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਇਨਫੋਰਮੇਸ਼ਨ ਦਿੱਤੀ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ। ਥੈਂਕ ਯੂ ਜੀ। ਅਤੇ ਨਾਲ ਦੀ ਨਾਲ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ। ਹੁਣ ਮੈਨੂੰ ਵੀ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਥੋਂ ਗੱਲ ਕਰਦੇ ਹਾਂ ਆਪਾਂ ਵੀਜ਼ਾਸ ਦੀ, ਇੱਕ ਅਜਿਹਾ ਨਾਮ ਕਿ ਜਿੱਥੋਂ ਕੋਈ ਵੀ ਐਪਲੀਕੈਂਟ ਕੋਈ ਰਿਫਿਊਜ਼ ਹੈ ਜਾਂ ਗਾਈਡੈਂਸ ਮਾੜੀ ਗਈ ਹੈ, ਜਿਹੜੇ ਐਪਲੀਕੇਸ਼ਨ ਨੂੰ ਸਾਰੇ ਏਜੰਟ ਮਨਾ ਕਰਦੇ ਆ, ਉੱਥੇ ਨਾਮ ਆਉਂਦਾ ਓਮ ਗਲੋਬਲ। ਜਿਹਦੇ ਕੋਲ ਆਸਟ੍ਰੇਲੀਆ ਦੇ ਵੀਜ਼ੇ ਆ, ਕੈਨੇਡਾ ਦੇ ਵੀਜ਼ੇ ਆ, UK ਦੇ ਵੀਜ਼ੇ ਆ, US ਦੇ ਵੀਜ਼ੇ ਆ, ਹਰ ਕੰਟਰੀ ਦੇ ਵਿੱਚ ਵੀਜ਼ਿਆਂ ਦਾ ਮਹਾਰਤ ਹਾਸਲ ਕਰਨ ਵਾਲਾ ਓਮ ਗਲੋਬਲ। ਅੱਜ ਮੈਂ ਸ਼ੇਅਰ ਕਰਨਾ ਚਾਹੂੰਗਾ ਸਕਸੈਸ ਸਟੋਰੀ। ਕਈ ਏਜੰਟਸ ਹੈ ਔਰ ਕਈ ਸਟੂਡੈਂਟ ਹੈ ਜਿਨ੍ਹਾਂ ਨੂੰ ਡਰ ਹੈ ਕਿ ਆਸਟ੍ਰੇਲੀਆ ਦੀ ਵੀਜ਼ਾ ਨਹੀਂ ਦੇ ਰਿਹਾ, ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾ ਟਾਈਮ ਲੈ ਰਹੀਆਂ, ਪਤਾ ਨਹੀਂ ਕੀ ਹੋਊਗਾ। ਟਾਈਮ ਜ਼ਰੂਰ ਲੈ ਰਿਹਾ ਬਟ ਵੀਜ਼ਾਸ ਗ੍ਰਾਂਟ ਹੋ ਰਿਹਾ। ਅੱਜ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਨਾ ਚਾਹੂੰਗਾ। ਕਿਰਨਜੋਤ ਜਿਨ੍ਹਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਗ੍ਰਾਂਟ ਹੋਇਆ, ਸਟੂਡੈਂਟ ਵੀਜ਼ਾ ਹਾਸਲ ਕੀਤਾ ਇਹਨਾਂ ਨੇ, ਸੋ ਅੱਜ ਕਿਰਨਜੋਤ ਦੀ ਜ਼ੁਬਾਨੀ ਸੁਣਨਾ ਚਾਹਾਂਗਾ। ਕਿਰਨ ਜੀ, ਕੀ ਐਕਸਪੀਰੀਅੰਸ ਰਿਹਾ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਿਰਨਜੋਤ ਕੌਰ, ਮੈਂ ਤਰਨ ਤਾਰਨ ਸਾਹਿਬ ਤੋਂ। ਓਨੈਸਟਲੀ ਸਪੀਕਿੰਗ, ਪਹਿਲਾਂ ਜਦੋਂ ਮੈਂ ਵੀਜ਼ਾ ਅਪਲਾਈ ਕਰਨਾ ਸੀ ਤਾਂ 1-2 ਹੋਰ ਬ੍ਰਾਂਚਿਸ 'ਚ ਵੀ ਵਿਜ਼ਿਟ ਕੀਤਾ, ਜਿੱਥੋਂ ਕਿ ਮੈਨੂੰ ਇੰਨੀ ਸੈਟਿਸਫੈਕਸ਼ਨ ਨਹੀਂ ਮਿਲੀ। ਫਿਰ ਮੇਰੇ ਇੱਕ ਫਰੈਂਡ ਨੇ ਮੈਨੂੰ ਰਿਕਮੈਂਡ ਕੀਤਾ ਓਮ ਗਲੋਬਲ ਵਾਸਤੇ, ਜਿੱਥੇ ਕਿ ਮੈਂ ਵਿਜ਼ਿਟ ਕੀਤਾ। ਮੈਨੂੰ ਕੰਸਲਟੈਂਸੀ ਕਾਫੀ ਵਧੀਆ ਲੱਗੀ ਇੱਥੋਂ ਦੀ, ਬਟ ਫਿਰ ਵੀ ਦਿਲ 'ਚ ਡਾਊਟ ਹੈਗਾ ਸੀਗਾ ਕਿ ਪਤਾ ਨਹੀਂ ਮਿਲੇਗਾ ਸਕਸੈਸ ਰੇਟ ਹੋਏਗਾ ਕਿ ਨਹੀਂ ਵੀਜ਼ਾ ਦਾ, ਕਿਉਂਕਿ ਕਾਫੀ ਜਾਣੇ ਕਹਿੰਦੇ ਸੀ ਕਿ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਬਹੁਤ ਘੱਟ ਹੈ।
ਇਸ ਲਈ ਮੇਰੇ ਦਿਲ 'ਚ ਕਾਫੀ ਡਰ ਸੀ ਬਟ ਫਾਈਨਲੀ ਅੱਜ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਓਮ ਗਲੋਬਲ ਐਂਡ ਮੈਂ ਤੁਹਾਨੂੰ ਸਭ ਨੂੰ ਵੀ ਰਿਕਮੈਂਡ ਕਰਾਂਗੀ ਕਿ ਜੇ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਡੈਫੀਨੇਟਲੀ ਓਮ ਗਲੋਬਲ ਵਿਜ਼ਿਟ ਜ਼ਰੂਰ ਕਰੋ। ਸੋ ਇਹ ਸੀ ਜੀ ਵੀਜ਼ਾ ਸਕਸੈਸ ਸਟੋਰੀ ਕਿਰਨ ਜੋਰ ਦੀ। ਸੋ ਕਈ ਐਪਲੀਕੈਂਟਸ ਇੱਕ ਜਨਰਲ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੇ ਐਪਲੀਕੈਂਟਸ ਇੱਦਾਂ ਦੇ ਨਹੀਂ ਜਿਨ੍ਹਾਂ ਦੀ ਆਫਰ ਲੈਟਰ ਨਹੀਂ ਆ ਰਹੀ ਜਾਂ ਜੀ ਟੀ ਦੋ ਦੋ ਚਾਰ ਚਾਰ ਮਹੀਨੇ ਤੋਂ ਅਪਰੂਵ ਨਹੀਂ ਹੋ ਪਾ ਰਹੀ ਜਾਂ ਕਈ ਐਪਲੀਕੈਂਟਸ ਇੱਦਾਂ ਦੇ ਆ ਜਿਨ੍ਹਾਂ ਦੀ ਸੀ ਓ ਲੈਟਰ ਨਹੀਂ ਅਰੇਂਜ ਹੋ ਰਹੀ, ਤੁਸੀਂ ਓਮ ਗਲੋਬਲ ਦੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਮਿਲ ਸਕਦੇ ਹੋ, 15 ਦਿਨ 'ਚ ਫਾਈਲ ਨੂੰ ਆਪਣੀ ਅੰਬੈਸੀ 'ਚ ਪਹੁੰਚਾ ਸਕਦੇ ਹੋ, ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 1-800-1-800-7। ਧੰਨਵਾਦ। हेलो, मैं प्रीति, ये मेरे हस्बैंड हैं। मैंने अपने 12 2020 में पास आउट की थी और मेरे आईएलटीएस में 6.5 बैंड थे। हमारा ये गोल था कि हम कनाडा स्पाउस वीजे पर जाएं और हमारा ये सपना बहुत सारे एजेंट से मना कर दिया था कि स्पाउस वीजा कनाडा का नहीं आता। फिर हमारा ये सपना ओम ग्लोबल ने पूरा किया है, आज हमारा स्पाउस वीजा आ चुका है। अब हम एक साथ ट्रैवल कर रहे हैं कनाडा के लिए, थैंक्स टू ओम ग्लोबल टीम। थैंक यू। ਮੇਰਾ ਨਾਮ ਸ਼ੁਕੀਰ ਹੈ ਅਤੇ ਮੈਂ ਪਟਿਆਲੇ ਸਿਟੀ ਤੋਂ ਬਿਲੋਂਗ ਕਰਦਾ ਅਤੇ ਮੇਰਾ ਬਾਹਰ ਜਾਣ ਦਾ ਡ੍ਰੀਮ ਸੀ ਅਤੇ ਮੇਰੇ ਕਿਸੇ ਫਰੈਂਡ ਨੇ ਸੁਜੈਸਟ ਕਰਿਆ ਕਿ ਓਮ ਗਲੋਬਲ ਵਿਜ਼ਿਟ ਕਰੋ ਅਤੇ ਮੈਂ ਇੱਥੇ ਆਇਆ ਅਤੇ ਮੇਰਾ 15 ਦਿਨਾਂ 'ਚ ਵੀਜ਼ਾ ਆ ਗਿਆ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਇਹ ਕਿ ਜਿਹੜੇ ਵੀ ਹੋਰ ਵੀਜ਼ਾ ਲਗਵਾਉਣਾ ਚਾਹੁੰਦੇ ਆ ਅਤੇ ਕੈਨੇਡਾ ਜਾਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਆ, ਓਮ ਗਲੋਬਲ ਕੋਲ ਆਓ ਅਤੇ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਆਸ਼ਿਮਾ ਹੈ, ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ ਗ੍ਰੈਜੂਏਸ਼ਨ 2019 ਦੇ ਵਿੱਚ ਕੰਪਲੀਟ ਕੀਤੀ ਸੀ, ਦੈਨ ਆਫਟਰ ਮੈਂ ਆਈਲਟਸ ਕੀਤੀ ਜਿਹਦੇ ਵਿੱਚ ਮੇਰੇ 6 ਬੈਂਡ ਸਕੋਰ ਸੀ। ਮੈਂ ਓਮ ਗਲੋਬਲ ਵਿਜ਼ਿਟ ਕੀਤਾ, ਮੈਂ ਇੱਥੋਂ ਆਪਣਾ UK ਦਾ ਸਪਾਊਸ ਕੇਸ ਦੇ ਵਿੱਚ ਫਾਈਲ ਲਗਵਾਈ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਵੀਜ਼ਾ ਆ ਚੁੱਕਿਆ ਹੈ। ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਤੁਸੀਂ ਵੀ ਓਮ ਗਲੋਬਲ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ। ਮਾਈ ਨੇਮ ਇਜ਼ ਮਨਕਰਨ ਸਿੰਘ ਐਂਡ ਆਈ ਐਮ ਫਰੋਮ ਜੈਪੁਰ ਐਂਡ ਮੈਂ 12th ਆਪਣੀ 2020 ਨੂੰ ਕੰਪਲੀਟ ਕੀਤੀ ਔਰ ਮੇਰਾ 2 ਸਾਲ ਕਾ ਗੈਪ ਥਾ ਐਂਡ ਐਮਬਿਲਿਟੀ ਕੀ ਟੀਮ ਕੀ ਵਜ੍ਹਾ ਸੇ ਮੁਝੇ ਮੇਰਾ ਵੀਜ਼ਾ ਮਿਲਾ ਐਂਡ ਟ੍ਰੇਨਰ ਵਾਸ ਵੈਰੀ ਵੈਲ ਐਕਸਪੀਰੀਅੰਸਡ ਐਂਡ ਉਸਨੇ ਮੁਝੇ ਬਹੁਤ ਹੈਲਪ ਕੀਆ ਵੀਜ਼ਾ ਲੈ ਕੇ ਆਨੇ ਮੇਂ ਐਂਡ ਟੂ ਦ ਹੋਲ ਟੀਮ ਔਫ ਐਮ ਗਲੋਬਲ। ਥੈਂਕ ਯੂ। ਮਾਈ ਨੇਮ ਇਜ਼ ਸਾਹਿਲ, ਆਈ ਕੰਪਲੀਟਿਡ ਮਾਈ ਬੈਚਲਰਸ ਫਰੋਮ ਕੁਰੂਕਸ਼ੇਤਰ ਯੂਨੀਵਰਸਿਟੀ ਇਨ 2020 ਐਂਡ ਆਫਟਰ ਦੈਟ ਆਈ ਵਿਜ਼ਿਟ ਓਮ ਗਲੋਬਲ ਫੋਰ ਮਾਈ ਮਾਸਟਰਸ ਐਂਡ ਆਈ ਗੋਟ ਵੀਜ਼ਾ, ਆਈ ਸਪੈਸ਼ਲੀ ਥੈਂਕਸ ਟੂ ਓਮ ਗਲੋਬਲ। Hi, my name is Shivam Kohli and I am from District Gurdaspur. I passed my senior secondary in 2022 and I scored 7 bands in IELTS, not less than 6.5, and today I got my visa from Om Global. Thank you Om Global for providing me such a nice service and I am very thankful and I recommend everyone to visit Om Global for their visa purpose.